ਆਲਸੀ ਤਾਂ ਪਤਾ ਕਹੀਏ ਜੀ ਜੇ ਆਪਾਂ ਇਹਨਾਂ ਨੂੰ ਪਹਿਲਾ ਜਗਾ ਹੋਵੇ ਤੇ ਆਪਾਂ ਇਹਨਾਂ ਨੂੰ ਨਵੀਂ ਜਗਾ ਦੇਈ ਜਾਂਦੇ ਹੋ ਵੀ ਆਲਸੀ ਬਣਾਤੇ ਆਪਾਂ ਇੱਕ ਇਹਨਾਂ ਨੂੰ ਪਲਾਟ ਦਿੱਤਾ ਜੀ ਉਹਦੇ ਵਿੱਚ ਇਹਨਾਂ ਨੇ ਆਲਣਾ ਆਪ ਡੱਕਾ ਸਾਰਾ ਕੁਝ ਧਰ ਕੇ ਹਨਾ ਆਪ ਤਿਆਰ ਕਰਨਾ ਜਿਵੇਂ ਪਹਿਲਾਂ ਬਾਲੇ ਕਿੜੀਆਂ ਨੇ ਛੱਤਾਂ 'ਚ ਬਣਾਉਂਦੇ ਸੀ ਜਾਂ ਖੁੱਡਾਂ ਦੇ ਵਿੱਚ ਬਣਾਉਂਦੇ ਸੀ ਓਵੇਂ ਆਪਾਂ ਇਹਨਾਂ ਨੂੰ ਇੱਕ ਖੁੱਡ ਦਿੱਤੀ ਹੈ ਮਨੁੱਖ ਨੇ ਆਪਦੇ ਲਈ ਤਾਂ ਬਹੁਤ ਕੁਝ ਕਰਤਾ ਹੂੰ ਤੁਸੀਂ ਦੇਖੀਏ ਵੀ ਕਿਸੇ ਵੇਲੇ ਅਤੇ ਜਿਹੜੇ ਫੋਨ ਵਗੈਰਾ ਜੰਮ ਚੱਕੀ ਫਿਰਦਾ ਕਿਸੇ ਵੇਲੇ ਸੁਪਨਾ ਜਿਹਾ ਹੋਇਆ ਕਰਦਾ ਸੀ ਹੂੰ ਤੇ ਪਰ ਮਨੁੱਖ ਨੇ ਹੋਰ ਚੀਜ਼ਾਂ ਨਾਲ ਨਹੀਂ ਕੋਈ ਉਹਦੇ ਇਨਸਾਫ ਨਹੀਂ ਕਰਿਆ ਜਿਨੀ ਕਿ ਹਮ ਤਾਂ ਮੇਰਾ ਮਤਲਬ ਇੱਕ ਬੰਦਾ ਰੱਖਿਆ ਸੀ ਉਹ ਕਹਿੰਦਾ ਪਹਿਲਾਂ ਉਹਦੀ ਸ਼ਰਤ ਸੀ ਆਉਣ ਸਾਰੀ ਕਹਿੰਦਾ ਮੈਨੂੰ ਕੱਖਾਂ ਵਾਲੀ ਦਵਾਈ ਲਿਆ ਕੇ ਦੇ ਹੂੰ ਮੈਂ ਕਿਹਾ ਵੀ ਮੈਂ ਤਾਂ ਪਾਉਣੀ ਨਹੀਂ ਉਹ ਕੋਲੇ ਉਹਦੀ ਘਰ ਵਾਲੀ ਸੀ ਕੋਨੀਲਾ ਇਹ ਤਾਂ ਕੱਖਾਂ ਵਾਲੀ ਦਵਾਈ ਨਹੀਂ ਲਿਆ ਕੇ ਦਿੰਦਾ ਇਹਦੇ ਨਾਲ ਨਹੀਂ ਪੁੱਗਣੀ ਆਪਣੀ ਆ ਆ ਦੇਖ ਲੋ ਆ ਹਾਲ ਆਪਣਾ ਫੇਰ ਅਸੀਂ ਕਹਿੰਨੇ ਇੱਕ ਪਾਸੇ ਅਸੀਂ ਮਰੀ ਜਾਂਦੇ ਆ ਬਿਮਾਰੀਆਂ ਨਾਲ ਤੇ ਬਿਮਾਰੀ ਕੈਂਸਰ ਕਿੰਨਾ ਹੋ ਗਿਆ ਮਾਲਵੇ ਕੈਂਸਰ ਕਿੱਥੋਂ ਆਇਆ ਇੱਥੇ ਵੀ ਆਇਆ ਜੀ ਕੈਂਸਰ ਕੈਂਸਰ ਤਾਂ ਖਾਈ ਪੀ ਜਾਂਦੇ ਆ ਪਰ ਸਾਰਾ ਦਿਨ ਜਦੋਂ ਇਹਨਾਂ ਨੇ ਜੀ ਜਿਹੜੀ ਮਾਰਤੀ ਖਤਮ ਕਰਤੀ ਫੇਰ ਇਹਨਾਂ ਦੇ ਜਿਵੇਂ ਆਪਣੇ ਇੱਥੇ ਟਿੱਡੀ ਦਾ ਲਾਇਆ ਸੀ ਜਿਦਾਂ ਇੱਕ ਸੁੰਡੀ ਆਈ ਹੂੰ ਉਹਨੇ ਜੀ ਜਿੱਧਰ ਨੂੰ ਪੈਂਦੀ ਸੀ ਸਾਰੀ ਫਸਲ ਤਬਾਹ ਕਰ ਦਿੰਦੀ ਤੇ ਫਿਰ ਇੰਨਾ ਕੁ ਉਥੇ ਭੁੱਖਮਰੀ ਫੈਲੀ ਜੀ ਲੱਖਾਂ ਬੰਦਾ ਭੁੱਖਮਰੀ ਨਾਲ ਮਰਿਆ ਬਦੇਸ਼ਾਂ ਦੇ ਵਿੱਚ ਜੇ ਇੱਕ ਫੈਮਲੀ ਵੀ ਉਹਨਾਂ ਦੀ ਅਲੋਪ ਹੁੰਦੀ ਹੈ ਨਾ ਕਿਸੇ ਪੰਛੀ ਦੀ ਜੀ ਇੱਕ ਵੀ ਤਾਂ ਉਥੇ ਕਰੋੜਾਂ ਰੁਪਇਆ ਉਹ ਖਰਚ ਕਰ ਦਿੰਦੇ ਆ ਵੀ ਆਪਣਾ ਜਿਹੜੀ ਲੜੀ ਹੈ ਇਹ ਟੁੱਟ ਨਾ ਜਾਵੇ ਹੁਣ ਦੇਖੋ 52 ਪ੍ਰਜਾਤੀਆਂ ਜੀ ਜਿਹੜੀਆਂ ਖੁੱਡਾਂ ਚ ਰਹਿੰਦੀਆਂ ਸੀ 52 ਪ੍ਰਜਾਤੀਆਂ ਬੇਕਾਰ ਕੀਤੀਆਂ ਮਨੋਖ ਨੇ ਲੈ ਵੀ ਦੇਸਵਾ ਦੇਖ ਰਹੇ ਥਵੇਂ ਅ ਅੱਜ ਹਮੇ ਉਹ ਇੱਕ ਦਰਖਤ ਦੇ ਤਲਾ ਬੈਠੇ ਆ ਪਿੰਡ ਧੌਲਾ ਮੈਨੂੰ ਯਾਦ ਆਵਾ ਜਦ ਕਦੇ ਹਮੇ ਸਕੂਲ ਕੇ ਵਿੱਚ ਪੜ੍ਹੇ ਕਰੇ ਤੇ ਤਾਂ ਉੱਥੇ ਇੱਕ ਈਮਲੀ ਦਾ ਬਹੁਤ ਵੱਡਾ ਦਰਖਤ ਹੋਏ ਤਾਂ ਹਮੇ ਨੂੰ ਘਟਾਰ ਵੀ ਕਹਿੰਦੇ ਘਟਾਰ ਦਾ ਬੂਟਾ ਬਹੁਤ ਹੀ ਵੱਡਾ ਪੰਜ ਮੇਰੇ ਖਿਆਲ ਛੇ ਬੰਦੇ ਵੀ ਸਾਨੂੰ ਜੱਫੀ ਨਹੀਂ ਪਾ ਸਕਦੇ ਉਸਕੇ ਉੱਪਰ ਹੋਏ ਨੇ ਇੱਲਾ ਕੇ ਆਲਣੇ ਹਰ ਬਈ ਬੜਾ ਨਜ਼ਾਰਾ ਦਾ ਇੱਲਾ ਉੜੇ ਤੀਆਂ ਫਰ ਨਾ ਇੱਲਾ ਰਹੀਆਂ ਨਾ ਹੀ ਮਿਲੇਗਾ ਦਰਾਖਤ ਰਹਾ ਸਾਰਾ ਕੁਝ ਗਾਇਬ ਹੋ ਗਿਆ ਇੱਲਾ ਕਹਾ ਕਿਉਂ ਗਾਇਬ ਹੋ ਗਿਆ ਬਈ ਸਿਆਣੇ ਦੱਸਾਂ ਭਾਈ ਜਿਹੜੇ ਮਹਿਸਾਂ ਨੂੰ ਟੀਕੇ ਲਾ ਰਹੇ ਜਾਂ ਮਹਿਸਾਂ ਡੰਗਰ ਮਰੇ ਤੇ ਅਡਵਾਰਾਂ ਵਾਂ ਲੈ ਜਾਂਦੇ ਤਾਂ ਇੱਲਾ ਉਹਨਾਂ ਦੀ ਸਫਾਈ ਕਰਿੰਦੀਆਂ ਸਾਰਾ ਕੁਝ ਸਾਫ਼ ਕਰ ਦਿੰਦੀਆਂ ਔਰ ਜਿਹੜਾ ਜ਼ਹਿਰ ਮਹਿਸਾਂ ਦੇ ਅੰਦਰ ਗਿਆ ਪਸ਼ੂਆਂ ਦੇ ਅੰਦਰ ਗਿਆ ਇੱਲਾ ਵਾ ਚਲੇਗਾ ਤੇ ਇੱਲਾ ਦਾ ਭੋਗ ਪੈ ਗਿਆ ਯਾਨੀ ਕਿ ਆਪਣੀ ਹੀ ਨਸਲ ਜਿਹੜੇ ਪੰਛੀ ਪੰਛੀ ਕਾ ਜਨੌਰ ਜਿੰਨੇ ਵੀ ਐ ਨਹੀਂ ਵੀ ਬੰਦੇ ਗਲ ਜੁੜੇ ਹੋਏ ਐ ਨਾ ਕਿ ਇੱਕ ਦੂਜੇ ਗਲ ਲੜੀ ਐ ਤੇ ਲੜੀ ਮਾਤੇ ਇੱਕ ਚੀਜ਼ ਨਿਕੜੇਗੀ ਤਾਂ ਦੂਸਰੀ ਵੀ ਨਹੀਂ ਰਹਿਣੀ ਸੋ ਇਹ ਸਾਰਾ ਕੁਝ ਚੱਲ ਰਿਹਾ ਉਹਨਾਂ ਸਮੇਂ ਦੇ ਵਿੱਚ ਢੌਲੇ ਮੈਂ ਤਾਂ ਆ ਔਰ ਭਾਈ ਸੰਦੀਪ ਸਿੰਘ ਐ ਇਹਨਾਂ ਨੇ ਇੱਕ ਲਹਿਰ ਚਲਾਈ ਵੀ ਬਾਤਾਵਰਣ ਕੀ ਚਿੜੀਆਂ ਜਨੌਰਾਂ ਨੂੰ ਬਚਾਣੇ ਕੀ ਉਹਨਾਂ ਦੇ ਚੋਗੇ ਉਹਨਾਂ ਕੀ ਜਿਹੜਾ ਹੈਗਾ ਜਨੇਪੇ ਜਿਹੜਾ ਹੈ ਬੱਚੇ ਜਮਾ ਅੱਗੇ ਤੇ ਅੱਗੇ ਜੜੀ ਉਹਨਾਂ ਦੀ ਪੀੜੀ ਚਲਾਓ ਸਾਰੇ ਦਾ ਖਿਆਲ ਰੱਖਣੇ ਕੀ ਸੋ ਇਸ ਕਰਕੇ ਅੱਜ ਆਪਾਂ ਔਰ ਉਹਨਾਂ ਦੀਆਂ ਬਾਤਾਂ ਸੁਣਾਂਗੇ ਵੀ ਉਹਨਾਂ ਨੇ ਇਹ ਕਿਉਂ ਚਲਾਇਆ ਜਦ ਕਿ ਹਮੇ ਅੱਗਾਂ ਲਾ ਰਹੇ ਆਂ ਖੇਤਾਂ ਦੇ ਵਿੱਚ ਵੀ ਅੱਗ ਹੈ ਬੰਦਾ ਗਹਾਂਦਰ ਵੀ ਅੱਗ ਹੈ ਬਲੱਡ ਪ੍ਰੈਸ਼ ਬਹੁਤ ਵਧਿਆ ਵਾ ਸੋ ਦਰਖਤ ਦੇ ਤਲਾਈ ਸੇ ਕਰਕੇ ਬੈਠ ਕੇ ਅੱਜ ਬਾਤਾਂ ਕਰਾਂ। ਸੋ ਬਾਈ ਜੀ ਪਹਿਲਾਂ ਥਰਤੇ ਸ਼ੁਰੂ ਕਰਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਜਿੱਤਰਾ ਆਪਾਂ ਬਾਤਾਂ ਕਰ ਰਹੇ ਆਂ ਮੈਂ ਵੀ ਉਹ ਸਾਰਾ ਤਾਂ ਹੁਣ ਲੰਘ ਗਿਆ। ਇੱਲਾ ਉਹਨਾਂ ਵੀ ਨਗਾਤੀਆਂ ਹੋਰ ਵੀ ਬੜਾ ਕੁਝ ਮੇਰੇ ਖਿਆਲ ਲੰਘਣਾ ਹੈ। ਫਰੇ ਦਿਮਾਗ ਮੈਂ ਕਿਸ ਤਰ੍ਹਾਂ ਇਹ ਖਿਆਲ ਆਇਆ ਜਦ ਕਿ ਪੁੱਠੀ ਹੋਵਾ ਚੱਲ ਮੇਰੇ ਸ਼ੁਰੂ ਕਰੇ ਜਾ ਬਈ ਅਸਲ ਵਿੱਚ ਜੀ ਜਦੋਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਵੀ ਕਿੰਨੇ ਪੰਛੀ ਹੁੰਦੇ ਸੀ ਜਦੋਂ ਵੀ ਕਿਸੇ 베ਰੀ ਦੇ ਥੱਲੋਂ ਦੀ ਲੰਘਣਾ ਤਾਂ ਉੱਥੇ ਚਿੜੀਆਂ ਇੰਨੀਆਂ ਹੁੰਦੀਆਂ ਸੀ ਚੜਚੋਲੜ ਹੁੰਦਾ ਸੀ ਜੀ ਚਿੜੀਆਂ ਦਾ ਪਰ ਸਮਾਂ ਆਇਆ ਵੀ ਚਿੜੀਆਂ ਜਮਾਂ ਖਤਮ ਹੀ ਹੋ ਗਈਆਂ ਜੀ ਹੂੰ ਤੇ ਫਿਰ ਸੋਚਿਆ ਵੀ ਇਹ ਖਤਮ ਕਿਉਂ ਹੋਈਆਂ ਕੀ ਕਾਰਨ ਹੈ ਕਿੱਥੋਂ ਇਹ ਗਲਤੀ ਹੋਈ ਹੈ ਆਪਣੇ ਤੋਂ ਫਿਰ ਹੌਲੀ-ਹੌਲੀ ਜੀ ਸੋਚਦੇ ਸੋਚਦੇ ਜਿਵੇਂ ਹੁਣ ਆਪਣੇ ਬਜ਼ੁਰਗ ਹੁੰਦੇ ਆ ਜਿਵੇਂ ਕੋਈ ਵਿਦਵਾਨ ਬੰਦੇ ਹੈਗੇ ਆ ਵੀ ਜਿਨ੍ਹਾਂ ਨੂੰ ਇਸ ਕਨਸੈਪਟ ਬਾਰੇ ਨੌਲੇਜ ਸੀ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਤੋਂ ਪੁੱਛਿਆ ਵੀ ਇਹ ਇਹ ਕਿੱਥੇ ਕਿੱਥੇ ਰਹਿੰਦੇ ਸੀ ਕਿਉਂਕਿ ਅਸੀਂ ਦੇਖੇ ਤਾਂ ਜ਼ਰੂਰ ਸੀ ਪਰ ਸਾਨੂੰ ਸਾਰਾ ਨਹੀਂ ਸੀ ਪਤਾ ਹੂੰ ਫਿਰ ਇਹਨਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਫਿਰ ਅਸੀਂ ਬੂਟੇ ਲਾਉਣੇ ਸ਼ੁਰੂ ਕੀਤੇ ਜੀ ਇਹਨਾਂ ਦੇ ਆੜਲੇ ਲਾਉਣੇ ਸ਼ੁਰੂ ਕੀਤੇ ਤੇ ਹੌਲੀ-ਹੌਲੀ ਜੀ ਇਹ ਚੱਲ ਪਿਆ ਕੰਮ ਆਲਣੇ ਅੱਛਾ ਤੁਮੇ ਮਤਲਬ ਕਾਤੇ ਕਿ ਹੋਰ ਵੀ ਜਿਸ ਤਰ੍ਹਾਂ ਪਹਿਲਾਂ ਬਾਤ ਕਰ ਰਹੇ ਤੇ ਵੀ ਆਲਣੇ ਗਏ ਰੋਲਾ ਪਵਾ ਵੀ ਏਰੀ ਨਾਲ ਆਲਣੇ ਮਨ ਦਾ ਪੰਛੀ ਰਹਿੰਦੇ ਨਹੀਂ ਹੈਗਾ ਵੀ ਇਹ ਤਾਂ ਉਹੀ ਲਈ ਜਾ। ਇਹਨਾਂ ਨੂੰ ਕਹਿ ਰਹੇ ਨੇ ਵੀ ਕਾਮਰੇਡ ਖਾਂ ਵੀ ਇਹ ਤਾਂ ਕਹਾ ਥਵੇਂ ਨਾ ਇਹਨਾਂ ਨੂੰ ਪੰਛੀਆਂ ਨੂੰ ਮਤਲਬ ਕਿ ਉਹ ਸੁਸਤ ਬਣਾ ਰਹੇ ਆ ਵੀ ਇਹ ਸੰਘਰਸ਼ ਨਹੀਂ ਕਰਦੇ। ਹਾਂਜੀ। ਵੀ ਸੰਘਰਸ਼ ਦੇ ਬਿਨਾ ਥਾਨੇ ਪਰ ਪਰੋਸ ਦਿਆ। ਉਹ ਕਿਸ ਤਰ੍ਹਾਂ ਲਗਾ। ਅਸਲ ਵਿੱਚ ਜੀ ਜਿਵੇਂ ਜਿਹੜੇ ਪੰਛੀ ਆ ਪੰਛੀ ਕਦੇ ਆਲਸੀ ਨਹੀਂ ਹੁੰਦੇ ਜੀ। ਹੂੰ। ਜਦੋਂ ਆਪਾਂ ਇਹਨਾਂ ਦਾ ਰਹਿਣ ਬਸੇਰੇ ਇਹਨਾਂ ਦੇ ਖਤਮ ਕਰ ਦਾਂਗੇ। ਇਹਨਾਂ ਨੂੰ ਬਰੀਡਿੰਗ ਨੂੰ ਜਗ੍ਹਾ ਨਹੀਂ ਮਿਲੂਗੀ ਇਹਨਾਂ ਦੀ ਗਿਣਤੀ ਘਟਣੀ ਘਟਣੀ ਹੈ ਜੀ ਆਪਾਂ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਹੈ ਜੀ ਕਈ ਵਾਰ ਕਹਿ ਦਿੰਦੇ ਆ ਬੰਦੇ ਇਹਨਾਂ ਵਿੱਚ ਪੰਛੀ ਆਉਂਦੇ ਨਹੀਂ ਉਹਨਾਂ ਦੀ ਜੀ ਸਹੀ ਤਰੀਕੇ ਨਾਲ ਨਹੀਂ ਬਣਾਏ ਜਾਂਦੇ ਜਿਵੇਂ ਹੁਣ ਪਹਿਲਾਂ ਚਿੜੀਆਂ ਬਾਲੇ ਕੜੀਆਂ ਨੇ ਛੱਤਾਂ 'ਚ ਰਹਿੰਦੀਆਂ ਸੀ ਉੱਥੇ ਉਹਨਾਂ ਨੂੰ ਹੋਰ ਕਿਸੇ ਪੰਛੀ ਦਾ ਖਤਰਾ ਨਹੀਂ ਹੁੰਦਾ ਸੀ ਮਨੁੱਖ ਹੁੰਦਾ ਸੀ ਨੇੜੇ ਤੇ ਹਮਲਾਵਰ ਪੰਛੀ ਉਹਨਾਂ ਤੇ ਹਮਲਾ ਨਹੀਂ ਸੀ ਕਰਦਾ ਤੇ ਇਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਬਾਹਰ ਰਹਿਣ ਬਸਰਿਆਂ ਨੂੰ ਲਾਉਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਕਈਆਂ ਦੇ ਹੋਲ ਵੱਡੇ ਕਰ ਦੰਦੇ ਸੀ ਉਹਦੇ ਵਿੱਚ ਪੰਛੀ ਸਿਆਣਾ ਹੁੰਦਾ ਜੀ ਇਹਨੂੰ ਪਤਾ ਲੱਗ ਜਾਂਦਾ ਵੀ ਹਮਲਾਵਰ ਪੰਛੀ ਮੇਰੇ ਬੱਚੇ ਕੱਢ ਕੇ ਲੈ ਆ ਸਕਦਾ ਉਹਦੇ ਕਰਕੇ ਇਹਨੂੰ ਇੱਕ ਤਰੀਕੇ ਨਾਲ ਅਸੀਂ ਤਿਆਰ ਕੀਤਾ ਜੀ ਹੂੰ ਉਹਦੇ ਵਿੱਚ ਪੰਛੀ ਆਉਂਦੇ ਆ ਤੇ ਜੇ ਰਹੀ ਗੱਲ ਆਲਸੀ ਦੀ ਆਲਸੀ ਤਾਂ ਆਪਾਂ ਤਾਂ ਕਹੀਏ ਜੀ ਜੇ ਆਪਾਂ ਇਹਨਾਂ ਨੂੰ ਪਹਿਲਾਂ ਜਗ੍ਹਾ ਹੋਵੇ ਤੇ ਆਪਾਂ ਇਹਨਾਂ ਨੂੰ ਨਵੀਂ ਜਗ੍ਹਾ ਦੇਈ ਜਾਂਦੇ ਹੋਏ ਵੀ ਆਲਸੀ ਬਣਾਤੇ ਆਪਾਂ ਇੱਕ ਇਹਨਾਂ ਨੂੰ ਪਲਾਟ ਦਿੱਤਾ ਜੀ ਉਹਦੇ ਵਿੱਚ ਇਹਨਾਂ ਨੇ ਆਲਣਾ ਆਪ ਡੱਕਾ ਸਾਰਾ ਕੁਝ ਧਰ ਕੇ ਹਨਾ ਆਪ ਤਿਆਰ ਕਰਨਾ ਜਿਵੇਂ ਪਹਿਲਾਂ ਬਾਲੇ ਕਿੜੀਆਂ ਨੇ ਛੱਤਾਂ 'ਚ ਬਣਾਉਂਦੇ ਸੀ ਜਾਂ ਖੁੱਡਾਂ ਦੇ ਵਿੱਚ ਬਣਾਉਂਦੇ ਸੀ ਓਵੇਂ ਆਪਾਂ ਇਹਨਾਂ ਨੂੰ ਇੱਕ ਖੁੱਡ ਦਿੱਤੀ ਐ ਉਹਦੇ ਵਿੱਚ ਸਾਰਾ ਮਟੀਰੀਅਲ ਇਹਨਾਂ ਨੇ ਆਪ ਰੱਖਣਾ ਇਹਦੇ ਵਿੱਚ ਆਲਸੀਅਲ ਤਾਂ ਕੋਈ ਗੱਲ ਹੀ ਨਹੀਂ ਜੀ ਨਹੀਂ ਬਹੁਤ ਸਾਰੇ ਜਿਹੜਾ ਨਾ ਫੇਸਬੁੱਕ 'ਉਰ ਬਹੁਤ ਚਲਾਖ ਆੜਾ ਕੋਈ ਤਾਂ ਜੇ ਚੰਗਾ ਕੰਮ ਕਰ ਜਾਏ ਹੋਰ ਦਲੀਲਾਂ ਦੇਣ ਲੱਗ ਜਾ ਅੱਛਾ ਇਹ ਸਾਰੇ ਆਪਣੇ ਨਾਲ ਜੁੜੇ ਹੋਏ ਆ ਸੱਜਣ ਹਾਂਜੀ ਹਾਂਜੀ ਸਾਡੇ ਟੀਮ ਮੈਂਬਰ ਆਪਾਂ ਇਹ ਕਹਿ ਦਈਏ ਵੀ ਜੇ ਤੱਕ ਕੁਝ ਕੁ ਬੰਦਿਆਂ ਦੇ ਨਾਮ ਲਈਏ ਉਹ ਤਾਂ ਹੁੰਦੀ ਹੈ ਗੱਲ ਗਲਤ ਹਨਾ ਆਪਣੇ ਸਾਰੇ ਬੰਦੇ ਜੀ ਸਾਰੇ ਪਿੰਡ ਦੇ ਆਸ-ਪਾਸੇ ਦੇ ਪਿੰਡਾਂ ਦੇ ਮੁੰਡੇ ਵੀ ਆਪਾਂ ਨੂੰ ਸਪੋਰਟ ਕਰਦੇ ਆ ਜਦੋਂ ਵੀ ਕਿਤੇ ਕੋਈ ਕੰਮ ਹੁੰਦਾ ਜਿਵੇਂ ਹੁਣ ਸਪੈਰੋਡੇ ਮਨਾਇਆ ਸੀ ਅਸੀਂ 20 ਮਾਰਚ ਨੂੰ ਉਸ ਦਿਨ ਵੀ 100 150 ਮੁੰਡੇ ਇਕੱਠਾ ਹੋਇਆ ਸੀ ਜੀ 500 ਨੈਸਟ ਬਾਕਸ ਲਾਇਆ ਸੀ ਸੀ ਅੱਛਾ ਉਰੇ ਹੀ ਲਾਇਆ ਕਿ ਬਾਹਰ ਪਿੰਡਾਂ ਉਧਰ ਨਹੀਂ ਨਹੀਂ ਮੈਂ ਆ ਰਸਤਾ ਜੀ ਅੱਗੇ ਤੱਕ ਝਾਲ ਤੱਕ ਲਾਇਆ ਜੀ ਤੇ ਫਿਰ ਕਈ ਜਿਹੜੇ ਨਵੇਂ ਲੱਗੇ ਸੀ ਖੰਬੇ ਜਾਂ ਕੋਈ ਸਾਨੂੰ ਜਗ੍ਹਾ ਜਿੱਥੇ ਇੱਥੇ ਮਿਲੀ ਸਾਰਾ ਲਾਤਾ ਜੀ ਉਹ ਅੱਛਾ ਤੇ ਦਰਖਤ ਵੀ ਲਾ ਰਹੇ ਥੇ ਮੈਂ ਬਹੁਤ ਸਾਰੇ ਬੰਦੇ ਕਹਾਂ ਵੀ ਯਾਰ ਆਲਣੇ ਕੇ ਜਗ੍ਹਾ ਦਰਖਤ ਲਾਓ ਵੀ ਪੰਛੀ ਆਪੇ ਆਲਣਾ ਬਣਾ ਲੇਗਾ ਦਰਖਤ ਕਿੰਨੇ ਕ ਲਾਤੇ ਦਰਖਤ ਬਹੁਤ ਲਾਏ ਜੀ ਹੁਣ ਜਿੱਥੇ ਸਾਡੀਆਂ ਸਾਂਝੀਆਂ ਜਗ੍ਹਾ ਹੈਗੀਆਂ ਸੀ ਜਿੰਨੀਆਂ ਜਗ੍ਹਾ ਹੈਗੀਆਂ ਸੀ ਸਾਰੀਆਂ ਤੇ ਦਰਖਤ ਲਾਤੇ ਜੀ ਹੂੰ ਹੁਣ ਗੱਲ ਇਹ ਹੈ ਵੀ ਜਿੱਥੇ ਸਾਨੂੰ ਦਰਖਤ ਲਾਉਣਾ ਹੁੰਦਾ ਉੱਥੇ ਦਰਖਤ ਲਾਣੇ ਆ ਜਿੱਥੇ ਹਾਲ ਨਾ ਹੁੰਦਾ ਉੱਥੇ ਹਾਲ ਨਾ ਲਾ ਦਨੇ ਆ ਹੁਣ ਜਿਹੜੇ ਪੰਛੀ ਜਿਵੇਂ ਹੁਣ ਚਿੜੀ ਹੈ ਜੀ ਚਿੜੀ 베ਰੀ ਦੇ ਵਿੱਚ ਰਹਿਣਾ ਪਸੰਦ ਕਰਦੀ ਆ ਬੋਗਨਬੇਲ ਦੇ ਵਿੱਚ ਮਹਿੰਦੀ ਦੇ ਵਿੱਚ ਹੋਰ ਜੰਗਲ ਜਲੇਬੀ ਹੋਗੀ ਝਾੜੀਆਂ ਵਾਲੇ ਜਿੰਨੇ ਵੀ ਬੂਟੇ ਹੈਗੇ ਆ ਜੀ ਉਹਨਾਂ ਦੇ ਵਿੱਚ ਇਹ ਰਹਿੰਦੀ ਆ ਕਿਉਂਕਿ ਇਹਨੂੰ ਹਮਲਾਵਰ ਪੰਛੀਆਂ ਤੋਂ ਖਤਰਾ ਨਹੀਂ ਹੁੰਦਾ ਉਹਦੇ ਵਿੱਚ ਕੰਡੇ ਹੁੰਦੇ ਆ ਨਾ ਉਹਦੇ ਵਿੱਚ ਜਿਵੇਂ ਮਲੇ ਹੁੰਦੇ ਸੀ ਝਾੜੀਆਂ ਹੁੰਦੀਆਂ ਸੀ ਨਾ ਤੇ ਉਹ ਜਿੱਥੇ ਸਾਨੂੰ ਇਹ ਲੱਗਦਾ ਵੀ ਇੱਥੇ ਆਲਣਾ ਲਾਉਣਾ ਹੈ ਉਥੇ ਆਲਣਾ ਲਾਉਣਾ ਕਿਉਂਕਿ ਇਹਨਾਂ ਨੂੰ ਬਰੀਡਿੰਗ ਦੇ ਲਈ ਵੀ ਜ਼ਰੂਰੀ ਹੈ ਜੀ ਇਹ ਦਰਖਤ ਤੇ ਨਹੀਂ ਬਣਾਉਂਦੇ ਜੀ ਹੂੰ ਸਹੀ ਹੈ ਹਾਂਜੀ ਕਈ ਪੰਛੀ ਜੀ ਦਰਖਤਾਂ ਦੇ ਉੱਪਰ ਆਲ ਨਹੀਂ ਬਣਾਉਂਦੇ ਆ ਕਈ ਪੰਛੀ ਖੁੱਡਾਂ ਵਿੱਚ ਬਣਾਉਂਦੇ ਆ ਖੁੱਡਾਂ ਪਹਿਲਾਂ ਟਿੱਬਿਆਂ ਟਿੱਬੇ ਹੁੰਦੇ ਸੀ ਜੀ ਟਿੱਬੇ ਨਹੀਂ ਰਹੇ ਪਹਿਲਾਂ ਵਿਰਾਸਤੀ ਰੁੱਖ ਹੁੰਦੇ ਸੀ ਉਹਨਾਂ ਦੇ ਵਿੱਚ ਖੁੱਡਾਂ ਪੈ ਜਾਂਦੀਆਂ ਸੀ ਜਾਂ ਕਟਫੋੜਾ ਬਸੰਤਾ ਪੰਛੀ ਜਿਹਨੂੰ ਤਰਖਾਣ ਪੰਛੀ ਕਹਿੰਦੇ ਆ ਉਹ ਖੁੱਡ ਪੱਟਦਾ ਦਾ ਸੀ ਆਪਦੇ ਬੱਚਿਆਂ ਲਈ ਇਹ ਇਹ ਤੋਂ ਬਾਅਦ ਜਦੋਂ ਬੱਚੇ ਕੱਢ ਕੇ ਲੈ ਜਾਂਦਾ ਸੀ ਇਹ ਯੂਜ਼ ਕਰ ਲੈਂਦੀ ਸੀ ਪਹਿਲਾਂ ਉਹ ਵੀ ਤਾਂ ਸੀ ਸਿਆਮਾ ਇੱਕ ਕਢਾਈ ਕੱਢ ਕੇ ਕੁੜੀਆਂ ਨੂੰ ਲਾਇਆ ਹੋਇਆ ਰਿਹਾ ਤਾਂ ਕੱਲਾ ਨਾ ਜਾਵੇਂ ਖੇਤ ਨੂੰ ਕਿਕਰ ਤੇ ਕਾਟੋ ਰਹਿੰਦੀ ਹਾਂਜੀ ਹਾਂਜੀ ਫਿਰ ਅੱਗੇ ਉਸ ਦਾ ਜਵਾਬ ਤਾਂ ਜੱਟਾਂ ਦੇ ਪੁੱਤ ਨੂੰ ਗੋਰੀਏ ਨਹੀਂ ਕਾਟੋ ਕੁੰਝ ਨਾ ਕਹਿੰਦੀ ਸੋ ਚੀਜ਼ਾਂ ਮੇਰੇ ਖਿਆਲ ਜਿਹੜੀ ਆਪਣੀ ਕਢਾਈ ਸਲਾਈ ਮੈਂ ਦੇਖਿਆ ਆਪਣੇ ਝੋਲੇਆਂ ਪਰ ਵੀ ਤੋਤੇ ਚਿੜੀਆਂ ਜਨੌਰ ਤੇ ਹਾਂਜੀ ਹਾਂਜੀ ਹੁਣ ਕਿਹਾ ਬੁਲਟ ਥਾਰ ਸਹੀ ਨਹੀਂ ਜੀ ਇਹ ਸਹੀ ਹੈ ਥਮੇ ਸੁਣਾਓ ਜੀ ਆਪਣਾ ਤਜਰਬਾ ਵੀ ਤੁਹਾਨੂੰ ਕਿਹਾ ਲਗਾ ਵੀ ਆਪਾਂ ਸਾਰਾ ਕੁਝ ਛੱਡ ਆਏ ਹਾਂ ਤੇ ਵਿਵ ਡਵੈਲਪ ਕਹਾ ਬਹੁਤ ਹੋ ਗਏ ਹੈ ਤਰੱਕੀ ਬਹੁਤ ਹੋ ਗਈ ਤੈਨੂੰ ਕਿਸ ਤਰ੍ਹਾਂ ਲੱਗਾ ਤਰੱਕੀ ਮਨੁੱਖ ਨੇ ਆਪਦੇ ਲਈ ਤਾਂ ਬਹੁਤ ਕੁਝ ਕਰਤਾ ਹੂੰ ਤੁਸੀਂ ਦੇਖੀਏ ਵੀ ਕਿਸੇ ਵੇਲੇ ਆ ਜਿਹੜੇ ਫੋਨ ਵਗੈਰਾ ਜੁਮ ਚੱਕੀ ਫਿਰਦੇ ਕਿਸੇ ਵੇਲੇ ਸੁਪਨਾ ਜਿਹਾ ਹੋਇਆ ਕਰਦਾ ਸੀ ਹੂੰ ਤੇ ਪਰ ਮਨੁੱਖ ਨੇ ਹੋਰ ਚੀਜ਼ਾਂ ਨਾਲ ਨਹੀਂ ਕੋਈ ਉਹਦੇ ਇਨਸਾਫ ਨਹੀਂ ਕਰਿਆ ਜਨ ਕਿ ਹਮ ਤਾਂ ਮੇਰਾ ਮਤਲਬ ਹੈ ਕਦੇ ਕਦੇ ਨਿਉ ਲਗਾ ਮਨ ਤਾਂ ਵੀ ਬੰਦੇ ਦੇ ਖਤਰਨਾਕ ਜਾਨਵਰ ਕੋਈ ਨਹੀਂ ਹੈ ਮੈਂ ਕਹਿੰਦਾ ਇਹ ਦੇ ਵਰਗਾ ਕੋਈ ਨਹੀਂ ਚੰਦਰ ਜਾਨਵਰੀ ਬਹੁਤ ਇਹ ਮਨੁੱਖੀ ਹੈ ਜਿਹੜੇ ਨੇ ਤੁਸੀਂ ਇਹ ਦੇਖੋ ਵੀ ਹਰ ਚੀਜ਼ ਦਾ ਜਿੰਨੇ ਵੀ ਮਨੁੱਖ ਜਿੰਨਾ ਵੀ ਆਪਣੀ ਧਰਤੀ ਦੇ ਉੱਤੇ ਹੈ ਹਰ ਇੱਕ ਚੀਜ਼ ਦਾ ਜੀਵ ਹੈ ਚਾਹੇ ਉਹ ਦਰਖਤ ਹੈ ਚੋਕ ਹਰ ਇੱਕ ਦਾ ਉੱਤੇ ਦਾ ਅਧਿਕਾਰ ਹੈ ਪਰ ਮਨੁੱਖ ਕਹਿੰਦਾ ਵੀ ਮੇਰੇ ਹੀ ਹੈ ਜਿਹੜਾ ਕੁਛ ਹੈਗਾ ਹੂੰ ਜੇ ਜਿੱਥੇ ਦਰਖਤ ਦੇਖਿਆ ਵੀ ਇੱਥੇ ਦਰਖਤ ਮਾਰ ਕਰਦੇ ਥੋੜੀ ਜੀ ਮਹਣ ਨੂੰ ਵੱਡੋ ਵੱਡੋ ਠੇਕੇ ਤੇ ਮਹਣ ਦੇਣੇ ਪਹਿਲਾਂ ਦਰਖਤ ਕੱਟੋ ਹਮਮ ਸਰ ਮ ਵੱਡੀ ਐ ਅਜੇ ਥਾਨਾ ਬਾਈ ਦਸਰੇ ਦਾ ਵੀ ਕੁਝ ਜਗ੍ਹਾ ਛੱਡੀ ਵੀ ਦਰਖਤ ਲਾਣੇ ਵਾਸਤੇ ਕਿੰਨੀ ਹਾਂ ਉਹ ਇਹਨਾਂ ਨੇ ਤੁਹਾਨੂੰ ਸਾਨੂੰ ਉਤਸ਼ਾਹ ਦਿਆ ਕਰਤਾ ਸੀਗਾ ਬਾਕੀ ਫਿਰ ਛੱਡਣ ਨੂੰ ਕੀ ਐ ਉਹ ਘੜਾਪਣੀਆਂ ਫਿਰ ਮੈਂ ਉਹੀ ਗੱਲ ਕਰਤੀ ਵੀ ਥੋੜਾ ਜਿਹਾ ਤਾਂ ਆਪਾਂ ਨੂੰ ਵੀ ਦੇਣਾ ਬਣਦਾ ਮੈਨੂੰ ਕਿਹਾ ਸੀ ਮੈਂ ਤੁਸੀਂ ਜਿਵੇਂ ਕਹੋਗੇ ਉਹ ਕਹਿੰਦਾ ਵੀ ਦਰਖਤ ਲਾਉਣੇ ਆ ਕਿੰਨੇ ਜਗ੍ਹਾ ਲਾਇਕ ਨਾਲ ਹਾਂ ਇੱਕ ਕਨਾਲ ਤੋਂ ਥੋੜਾ ਜਿਹਾ ਜ਼ਿਆਦਾ ਹੀ ਵਸੇ ਕਨਾਲ ਕੀ ਮੰਨੋ ਤੁਸੀਂ ਤੇ ਉਹਦੇ ਵਿੱਚ ਵੈਸੇ ਨਾਮ ਜਿਹੜੇ ਮੇਰੇ ਵਰਗੇ ਕਈ ਆਜਕਲ ਬੁਲੈਤੀ ਸਕੂਲਾਂ 'ਚ ਪੜਨ ਲੱਗੇ ਬਹੁਤੀ ਜਨਤਾ ਕਨਾਲ ਆਪਾਂ ਦਾਜਾ ਰਸਤੇ ਵਿੱਚ ਕਿੰਨੀ ਜਗ੍ਹਾ ਹੋ ਆ ਕਨਾਲ ਗਜਾ ਮਾਜ ਕਿੰਨੀ ਹਾਂਜੀ ਇਹ ਕਨਾਲ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਅੱਠ ਕਨਾਲਾਂ ਹੁੰਦੀਆਂ ਜੀ ਹਮ ਇੱਕ ਕਨਾਲ ਦੇ ਵਿੱਚ ਤਕਰੀਬਨ 12 ਕੁ ਵਿਸਵੇ ਜਗ੍ਹਾ ਹੁੰਦੀ ਹੈ ਨਹੀਂ ਜੇ ਆਪਾਂ ਗਜਾ ਜਾਮ ਹੈ ਵੀ 100 ਗਜਾ 200 ਗਜਾ 400 ਗਜਾ ਗਜ ਤਾਂ ਹੁਣ ਤੁਸੀਂ ਦੇਖੋ ਅੰਦਾਜ਼ਾ ਤੁੱਕਾ ਲਾ ਲਓ ਅੰਦਾਜ਼ਾ ਇਹ ਹੋ ਜਾਣਗੇ ਜੀ 12 5 60 ਤਕਰੀਬਨ 600 ਗਾਜ 6000 ਗਾਜ ਬਣ ਗਈ। ਨਹੀਂ 6000 ਤਾਂ ਜ਼ਿਆਦਾ ਹੋ ਜੇਗੀ। 6000 ਜ਼ਿਆਦਾ ਹੋਗੀ। ਨਹੀਂ ਇਹ 450 ਦਾ ਉਹ ਵਿਸਵਾ ਫੁੱਟਦਾ ਹੁੰਦਾ ਹਾਂ। ਫੁੱਟ ਐ ਨਾ ਰੋ। ਬਣ ਗਿਆ। ਹੂੰ ਗਾਜ ਨਹੀਂ ਫੁੱਟ ਬਣ ਗਿਆ ਜੀ। ਅੱਛਾ ਥਾਨਾ ਜਦੋਂ ਜਗ੍ਹਾ ਛੱਡੀ। ਹਾਂ ਜੀ। ਤਾਂ ਕਰਕੇ ਬੜਾ ਚੱਕਰ ਪਾਵਾ ਵੀ ਇਹ ਤਾਂ پاਗਲੇ ਹੋ ਘਰੋਂ ਕੋਈ ਪੰਜ ਦਰਖਤਾਂ ਵਾਸਤੇ ਜਗ੍ਹਾ। ਨਹੀਂ ਥੋੜੀ ਜਿਹੀ ਕਸਲ ਮਾਰਨੀ ਪੈਂਦੀ। ਇਸ ਗੱਲ ਦਾ ਕੀ ਹੈ? ਜੇ ਕਹਿ ਵੀ ਦਿੱਤਾ ਵੀ ਆ ਕੀ ਕਰਾਂ ਮੈਂ ਹੈ ਯਾਰ ਇਹ ਚ ਸਬਜ਼ੀ ਲਾਇਆ ਕਰਾਂਗੇ। ਹੂੰ ਉਹਨੂੰ ਦਲਾਲ ਚ ਦੇ ਆ ਦਲਾਲ ਵੀ ਇਹਦੇ ਵਿੱਚ ਸਬਜ਼ੀ ਲਾਇਆ ਗਾ ਨਹੀਂ ਔਰ ਗੈ ਵੀ ਵੀ ਨਾਲੇ ਆਰਗੇਨਿਕ ਆਪਾਂ ਇਹਦੇ ਵਿੱਚ ਰੇ ਨਹੀਂ ਪਾਉਣਾ ਸਪਰੇ ਨਹੀਂ ਕਰਨਾ ਕੱਖ ਨਹੀਂ ਕਰਨਾ ਜਿਹੇ ਜਿਹੋ ਜੂ ਕੱਖਾਂ ਚੋਂ ਜੂ ਤਾਂ ਵੀ ਮਨਜ਼ੂਰ ਹੈ ਕੱਖਾਂ ਲਈ ਦਵਾਈ ਨਹੀਂ ਪਾਉਣੀ ਦੋ ਬੰਦੇ ਮੇਰੇ ਨਾਲ ਗੁੱਸੇ ਵੀ ਹੋ ਗਏ ਇੱਕ ਬੰਦਾ ਰੱਖਿਆ ਸੀ ਉਹ ਕਹਿੰਦਾ ਪਹਿਲਾਂ ਆਉਂਦੀ ਸ਼ਰਤ ਸੀ ਆਉਣ ਸਾਰੀ ਕਹਿੰਦਾ ਮੈਨੂੰ ਕੱਖਾਂ ਲਈ ਦਵਾਈ ਲਿਆ ਕੇ ਦੇ ਮੈਂ ਕਿਹਾ ਵੀ ਮੈਂ ਤਾਂ ਪਾਉਣੀ ਨਹੀਂ ਉਹ ਕੋਲੇ ਉਹਦੀ ਘਰ ਵਾਲੀ ਸੀ ਕੰਨੀ ਲਾ ਇਹ ਤਾਂ ਕੱਖਾਂ ਵਾਲੀ ਦਵਾਈ ਨਹੀਂ ਲੈ ਕੇ ਦਿੰਦਾ ਇਹਦੇ ਨਾਲ ਨਹੀਂ ਪੁੱਗਣੀ ਆਪਣੀ ਹੁਣ ਤਾਂ ਵੱਟ ਤੇ ਜਿਹੜਾ ਕੱਖ ਹੈ ਹੁਣ ਖੇਤ ਤਾਂ ਛੱਡੋ ਕਣਕ ਦੇ ਗੁੱਲੀ ਡੰਡਾ ਮਾਰਨਾ ਫਲਾਣਾ ਇਹਦਾ ਵੱਟ ਹੈ ਉਹਦਾ ਕਿੰਨਾ ਨੁਕਸਾਨ ਹੈ ਉਹਤੇ ਵੀ ਸਪਰੇ ਹੋ ਰਹੀ ਹੈ ਜੀ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਪਹਿਲਾਂ ਜੇ ਉਹ ਤੁਹਾਡੇ ਕੋਲੋਂ ਆ ਕੇ ਕੋਈ ਵੀ ਜਿਹੜਾ ਆਪਣਾ ਕੰਮ ਹੈ ਉਹ ਮੰਗੂਗਾ ਵੀ ਮੈਨੂੰ ਇਹ ਦਵਾਈ ਲੈ ਕੇ ਦੇ ਰਾਉਂਡ ਅਪ ਜਾਂ ਜੋ ਵੀ ਜਿਹੜੀ ਆਉਂਦੀ ਹੈ ਵੀ ਮੈਂ ਚਾਰ ਸਵੇਰੇ ਸਾਰੀਆਂ ਪੜੀਆਂ ਤੇ ਸਾਰੀਆਂ ਵੱਟਾਂ ਤੇ ਸਾਰੇ ਖਾਲਾਂ ਤੇ ਸਾਰੇ ਕਿਤੇ ਪਹਿਲਾਂ ਮੈਂ ਇਹ ਨਾ ਹੋਣ ਵਾਲੀ ਕਰਨੀ ਹੈ ਹੂਗਤ ਜਦੋਂ ਮਗਰੋਂ ਦੇਖੀ ਜੂ ਫਸਲ ਦਾ ਨਹੀਂ ਤੂੰ ੜਕਾਏਗਾ ਪਰ ਹੁਣ ਨਹੀਂ ਕੱਕ ਨਹੀਂ ਅਸੀਂ ਖੱਬੜ ਨਹੀਂ ਹੋਣ ਦੇਣਾ ਆ ਆ ਦੇਖ ਲੋ ਆ ਹਾਲ ਆਪਣਾ ਫਿਰ ਅਸੀਂ ਕਹਿਣਾ ਇੱਕ ਪਾਸੇ ਅਸੀਂ ਮਰੀ ਜੰਨੇ ਆ ਬਿਮਾਰੀਆਂ ਉਹ ਤੇ ਬਿਮਾਰੀ ਕੈਂਸਰ ਕਿੰਨਾ ਹੋ ਗਿਆ ਮਾਲ ਵਗੈਰਾ ਕੈਂਸਰ ਕਿੱਥੋਂ ਆਇਆ ਇੱਥੇ ਵੀ ਆ ਜੀ ਕੈਂਸਰ ਕੈਂਸਰ ਦਾ ਖਾਈ ਪੀ ਜੰਨੇ ਆ ਪਰ ਸਾਰਾ ਦਿਨ ਖੇਤਾਂ માં ਜ਼ਹਿਰ ਪਾਇਆ ਦਾ ਸਰੀਰ ਵਿੱਚ ਨਿਕਲਿਆ ਜ਼ਹਿਰ ਚਾਈ ਉਹ ਪਈ ਜਾਂਦਾ ਫਿਰ ਅੱਗੇ ਮਾਸਤਰੀ ਬੈਠੇ ਮਾਸਤਰੀ ਤੁਮੇ ਸੁਣਾ ਦੇ ਕੋਈ ਕਿਸ ਤਰ੍ਹਾਂ ਲੱਗ ਰਿਹਾ ਵੀ ਆਪਾਂ ਤੁਮੇ ਦਾ ਕਿਤਾਬਾਂ ਗੈਲ ਬਾ ਵਾਸਤਾ ਰਹੇ ਸਾਰੀ ਜ਼ਿੰ ਵੀ ਜਿਹੜੇ ਮਾਰੇ ਸਿਆਣੇ ਤੇ ਪਹਿਲਾਂ ਕਹਾ ਜਦ ਰੇਸਪਰੇ ਆਇਆ ਵੀ ਖੇਤੀ ਵਾਲਾ ਵਿਭਾਗਾ ಗ್ರಾಮ ਸੇਵਕਾਇਏ ਕਰਿੰਦੇ ਕਹਾ ਰਾਤ ਨੂੰ ਵੀ ਚੋਰੀ ਪਾਦੇ ਹੋ ਪੜ੍ਹੇ ਲਿਖੇ ਬੰਦੇ ਵੀ ਯੂਨੀਵਰਸਿਟੀ ਆਈ ਖੇਤੀਬਾੜੀ ਯੂਨੀਵਰਸਿਟੀ ਆਈ ਹੈ ਰੇਸਪਰੇ ਲੇਕ ਹੈ ਪਹਿਲਾਂ ਤਾਂ ਪਤਾ ਹੀ ਨਹੀਂ ਦਾ ਕਿਸੇ ਨੂੰ ਤੇ ਅੱਜ ਆਪਾਂ ਇਹ ਪਹੁੰਚ ਗਏ ਵੀ ਚਿੜੀਆਂ ਮੁੱਕਰੀਆਂ ਜਾਂ ਮੁੱਕਗੀਆਂ ਇੰਨਾ ਕਾ ਭੋਗ ਪੈ ਗਿਆ ਕਿਸ ਤਰ੍ਹਾਂ ਲਗਾ ਤੁਹਾਨੂੰ ਸਾਰਾ ਕੁਝ ਵੀ ਤਰੱਕੀ ਬਹੁਤ ਹੋ ਗਈ ਡਵੈਲਪਮੈਂਟ ਮਾਸਤਿਤ ਹਮੇ ਦੱਸੋ ਇਹ ਤਾਂ ਤਰੱਕੀ ਤਾਂ ਆਪਾਂ ਕਹਿ ਸਕਦੇ ਆ ਦੇਖਣ ਨੂੰ ਲੱਗਦੀ ਆਪਾਂ ਨੂੰ ਵੀ ਆਪਾਂ ਤਰੱਕੀ ਕਰ ਗਏ ਵਿਗਿਆਨ ਕਦੇ ਵੀ ਆਪ ਨੁਕਸਾਨ ਨਹੀਂ ਕਰਦਾ ਨੁਕਸਾਨ ਤਾਂ ਹੁਣ ਜਦੋਂ ਉਹਦੀ ਆਪਾਂ ਵਰਤੋਂ ਹੀ ਗਲਤ ਕਰਾਂਗੇ ਫੇਰ ਤਾਂ ਉਹਦਾ ਨੁਕਸਾਨ ਹੋਣਾ ਤਾਂ ਬਣਦਾ ਹੀ ਆ ਕਿਉਂਕਿ ਹੁਣ ਜੇ ਅਸੀਂ ਸਾਡੇ ਬਿਉਰਗਾਂ ਨੂੰ ਦੇਖਦੇ ਆ ਤਾਂ ਉਸ ਟਾਈਮ ਤੇ ਲੋਕਾਂ 'ਚ ਕਿੰਨੀ ਸ਼ਾਂਤੀ ਸੀ ਕਿਸੇ 'ਚ ਕੋਈ ਜਿਆਦਾ ਲਾਲਚ ਨਹੀਂ ਸੀ ਸਬਰ ਨਿੱਜ ਬਾਤ ਬਹੁਤ ਘੱਟ ਸੀ ਮਿਲ ਕੇ ਰਹਿੰਦੇ ਸੀ ਹੁਣ ਬੇਸ਼ੱਕ ਪੈਸੇ ਦੀ ਬਹੁਤਾਤ ਹੋ ਗਈ ਪਰ ਤੁਸੀਂ ਦੇਖਿਆ ਹੋ ਕਿਸੇ ਨੂੰ ਜਿਹੜੇ ਸਕੂਨ ਹੈ ਸ਼ਾਂਤੀ ਨਹੀਂ ਹੈ ਸ਼ਾਂਤੀ ਕਿਸੇ ਨੂੰ ਵੀ ਹੈ ਨਹੀਂ ਤਾਂ ਹੁਣ ਉਹ ਜੇ ਆਪਾਂ ਕਹੀਏ ਵੀ ਵਿਗਿਆਨ ਦਾ ਇਹ ਜੇ ਕੋਈ ਵਿਗਿਆਨ ਦਾ ਵਿਗਿਆਨ ਨੇ ਨੁਕਸਾਨ ਕਰਦਾ ਹੈ ਆਪਾਂ ਵਿਗਿਆਨ ਦਾ ਨਹੀਂ ਨੁਕਸਾਨ ਕਹਿ ਸਕਦੇ ਇਹ ਤਾਂ ਹੁਣ ਆਪਾਂ ਲੋਕਾਂ ਦੀ ਆਪਣੀ ਸੋਚ ਨੂੰ ਕਹਿ ਸਕਦੇ ਹਾਂ ਕਿਉਂਕਿ ਹੁਣ ਇੱਕ ਸਿਸਟਮ ਇਹੋ ਜੇ ਕਰਤੇ ਗਵਰਨਮੈਂਟਾਂ ਨੇ ਵੀ ਵੀ ਜਿਵੇਂ ਆਪਣੇ ਚੌਲਾਂ ਦਾ ਕਰਤਾ ਵੀ ਆਪਾਂ ਪੰਜਾਬ ਦੇ ਵਿੱਚ ਚੌਲ ਪੈਦਾ ਕਰਨਾ ਹੈ ਹੁਣ ਜਦੋਂ ਉਹ ਇੱਕ ਚੌਲ ਤੇ ਹੋ ਗਏ ਕਿਉਂਕਿ ਲੋਕਾਂ ਨੂੰ ਲੱਗਿਆ ਵੀ ਇਹ ਸਾਡੀ ਫਸਲ ਉਹਵੇਂ ਬੀਜ ਜਦੋਂ ਅਸੀਂ ਬੀਜਦੇ ਆ ਉਹਵੇਂ ਵੱਢ ਲੈਣੇ ਆ ਇਹਦਾ ਸਾਨੂੰ ਮੁੱਲ ਉਹਨਾਂ ਪੂਰਾ ਮਿਲ ਜਾਂਦਾ ਹੈ ਉਹ ਕਿਉਂ ਹੋਰ ਕੁਝ ਕਰਨ ਤਾਂ ਉਹਨੇ ਨੁਕਸਾਨ ਕੀ ਕਰਤਾ ਹੁਣ ਲੋਕਾਂ ਦੇ ਤੁਸੀਂ ਐਂ ਦੇਖ ਲਓ ਵੀ ਕਿੰਨੇ ਕੁ ਪਰਸੈਂਟ ਜ਼ਿਮੀਂਦਾਰ ਨੇ ਜਿਹੜੇ ਆਪਣੀ ਸਬਜ਼ੀ ਵੀ ਆਪ ਖਾਂਦੇ ਨੇ ਤੁਸੀਂ ਦੇਖ ਲਓ ਕੋਈ ਕਿੰਨੇ ਸਬਜ਼ੀ ਬੀਜਦਾ ਹੀ ਨਹੀਂ ਕੋਈ ਹਾਂ ਲੋਕਾਂ ਕੋਲੇ ਜਾ ਕੇ ਉਹਨਾਂ ਨੇ ਰੇੜੀਆਂ ਤੋਂ ਜਾ ਕੇ ਖਰੀਦਣੀਆਂ ਉਹ ਵੀ ਰੇ ਸਪਰੇ ਵਾਲੀ ਪਰ ਆਪਣੇ ਖੇਤ ਚ ਜਿਹਦੇ ਕੋਲੇ 10 ਕਿੱਲੇ ਨੇ ਉਹ ਵੀ ਇੱਕ ਇੱਕ ਮਨਾਲ ਆਪਣੀ ਸਬਜ਼ੀ ਨਹੀਂ ਲਾਉਂਦਾ ਵੀ ਜਿਹਦੇ ਨਾਲ ਉਹ ਘੱਟੋ-ਘੱਟ ਆਪਣੇ ਬੱਚਿਆਂ ਨੂੰ ਉਹਦਾ ਬਿਨਾ ਰੇ ਸਪਰੇ ਵਾਲੀ ਸਬਜ਼ੀ ਖਵਾ ਦੇ ਇੱਕ ਕਿੱਲਾ ਕੋਈ ਬਿਨਾ ਰੇ ਸਪਰੇ ਤੋਂ ਕਣਕ ਨਹੀਂ ਲਾਉਂਦਾ ਵੀ ਘੱਟੋ-ਘੱਟ ਜਿਹੜੀ ਆਪਣੇ ਬੱਚਿਆਂ ਨੂੰ ਆਪਣੇਆਂ ਨੂੰ ਖਵਾਉਣੀ ਐ ਚਲੋ ਜਿਹੜੀ ਵੇਚਣੀ ਆ ਉਹ ਤਾਂ ਐ ਸੋਚਦੇ ਨੇ ਉਹ ਐ ਨਹੀਂ ਸੋਚਦੇ ਵੀ ਉਹ ਵੇਚਣੀ ਉਹ ਵੀ ਕਿਸ ਨੇ ਖਾਣੀ ਆ ਇਹ ਆਪਣੀ ਸੋਚ ਹੈ ਨਹੀਂ ਵੀ ਉਹ ਵੀ ਚਲੋ ਘਟੋ ਘਟ ਇਹਨਾਂ ਦਾ ਕਰ ਲਏ ਵੀ ਜਿਹੜੇ ਬੱਚੇ ਐ ਮੇਰੇ ਬੱਚਿਆਂ ਨੇ ਖਾਣੇ ਐ ਉਹ ਤਾਂ ਮੈਂ ਬਿਨਾ ਰੇ ਸਪਰੇਅ ਤੋਂ ਕਰ ਲਾਂ ਸੋ ਸਾਰੀ ਕਹਾਣੀ ਮੱਲਗਾ ਬਹੁਤ ਉਰਜੇ ਕੇ ਭਾਈ ਜਿਸ ਤਰ੍ਹਾਂ ਲੱਗਦਾ ਵੀ ਆਪਾਂ ਜਿਹੜਾ ਆਪਣਾ ਵਿਰਸਾ ਦਾ ਇੱਕ ਮੈਨੂੰ ਯਾਦ ਆਵਾ ਵੀ ਜੇਤ ਪਹਿਲਾਂ ਬੀਜ ਪਾਇਆ ਕਰਦੇ ਬਾਬੇ ਵੀ ਦੱਸਾਂ ਛੋਟੇ ਜਿਹੇ ਮੈਂ ਦੇਖਿਆ ਵੀ ਉਹ ਫਿਰ ਬੀਜ ਪਾਣੇ ਤੋਂ ਪਹਿਲਾਂ ਅਰਦਾਸ ਕਰੇ ਤੇ ਰਾਈਆਂ ਪਾਈਆਂ ਦੇ ਭੱਗੀ ਜਿਹੜੀ ਜਨੌਰਾਂਗੇ ਭੱਗੀ ਸਭਨਾਂਗੇ ਭਾਗਾ ਕਦਾਂ ਹੀ ਫਿਰ ਛੱਡ ਗਿਆ ਅੰਦੇ ਦੇ ਖੇਤਾਂ 'ਚ ਵੱਢਣ ਜਾਂਦੇ ਤੇ ਕੁਝ ਛੱਡਿਆਂ ਦੇ ਖੁੰਜਾ ਵੀ ਕੋਈ ਕੋਈ ਲੋੜ ਬੰਦੇ ਕੋਈ ਬੋਦੀ ਬੋਦੀ ਕਹਿੰਦੇ ਉਹਨੂੰ ਅਸੀਂ ਬੋਦੀ ਕਹਿੰਦੇ ਉਹ ਸਾਰੀ ਚੀਜ਼ਾਂ ਕਿੱਥੇ ਐ ਕਿਹਾ ਲੱਗਦਾ ਨਹੀਂ ਵੀ ਪਿੱਛੇ ਦੇਤੀ ਆਪਾਂ ਨੇ ਸਾਰੇ ਕੱਸੇ ਨੇ ਪਤਾ ਕੀ ਗੱਲ ਹੈ ਜੀ ਜਿਵੇਂ ਜਿਵੇਂ ਮਨੁੱਖ ਜ਼ਿਆਦਾ ਕਹਿੰਦਾ ਵੀ ਮੈਂ ਸਿਆਣਾ ਹੋ ਗਿਆ ਮੈਂ ਤੁਹਾਨੂੰ ਇਹਦੇ ਵਿੱਚ ਹੀ ਗੱਲ ਦੱਸਦਾ ਚੀਨ ਦੇ ਵਿੱਚ ਨਾ ਜੀ ਕਹਿੰਦੇ ਵੀ ਚਿੜੀਆਂ ਆਪਣਾ ਅਨਾਜ ਜ਼ਿਆਦਾ ਖਾਂਦੀਆਂ ਨੇ ਚੀਨ ਵਾਲੇ ਕਹਿੰਦੇ ਕਹਿੰਦੇ ਵੀ ਹਾਂ ਹਾਂਜੀ ਮਾਓ ਹੋਰੇ ਤੇ ਕਹਿੰਦੇ ਵੀ ਆਪਣਾ ਜਿਆਦਾ اناਜ ਖਾਨੀ ਆ ਵੀ ਇਹਨਾਂ ਨੂੰ ਆਪਾਂ ਖਤਮ ਕਰੋ ਚਿੜੀਆਂ ਨੂੰ ਖਤਮ ਕਰ ਦੋ ਹਾਂ ਖਤਮ ਕਰ ਦੋ ਚੂਹੇ ਵੀ ਸੀ ਚਿੜੀਆਂ ਵੀ ਸੀ ਇਹਨਾਂ ਨੇ ਜੀ ਜਿੱਥੇ ਵੀ ਚਿੜੀ ਮਿਲਦੀ ਕੋਈ ਲਿਆਉਂਦੇ ਇਹਨਾਂ ਨੇ ਇਨਾਮ ਵੀ ਰੱਖੇ ਵੀ ਚਿੜੀ ਲਿਓ ਮਾਰ ਕੇ ਮਾਰ ਕੇ ਲਿਓ ਹੱਦਾਂ ਵੀ ੱਡੀ ਜਾਲ ਮੈਂ ਹਾਂਜੀ ਵੀ ਆਪਣਾ ਲੱਖਾਂ ਟਣਾ ਜਿਹੜਾ ਨਿਖਾਰਣ ਕਰਦੇ ਆ ਤੇ ਜਦੋਂ ਇਹਨਾਂ ਨੇ ਜੀ ਚਿੜੀ ਮਾਰਤੀ ਖਤਮ ਕਰਤੀ ਫੇਰ ਇਹਨਾਂ ਦੇ ਜਿਵੇਂ ਆਪਣੇ ਇੱਥੇ ਟਿੱਡੀ ਦਾ ਲਾਇਆ ਸੀ ਇੰਦਾ ਇੱਕ ਸੁੰਡੀ ਆਈ ਹੂੰ ਉਹਨੇ ਜੀ ਜਿੱਧਰ ਨੂੰ ਪੈਂਦੀ ਸੀ ਸਾਰੀ ਫਸਲ ਤਬਾਹ ਕਰ ਦਿੰਦੀ ਚਿੜੀਓ ਸੁੰਡੀ ਖਾਂਦੀ ਹੋਣੀ ਹਾਂਜੀ ਹਾਂ ਤੇ ਫਿਰ ਇੰਨਾ ਕੁ ਉਥੇ ਭੁੱਖਮਰੀ ਫੈਲੀ ਜੀ ਲੱਖਾਂ ਬੰਦਾ ਭੁੱਖਮਰੀ ਨਾਲ ਮਰਿਆ ਫਿਰ ਉਹਨਾਂ ਨੇ ਜਿਹੜੇ ਮਹਾਰਸੀ ਉਹਨਾਂ ਨੇ ਆਖਿਆ ਵੀ ਤੁਹਾਨੂੰ ਇਹ ਗੱਲ ਆਖੀ ਸੀ ਵੀ ਆਪਾਂ ਇਹਨਾਂ ਨਾਲ ਛੇੜਛਾੜ ਨਾ ਕਰੋ ਤੇ ਵੀ ਛੇੜਛਾੜ ਦਾ ਆਪਾਂ ਨੂੰ ਆ ਨਤੀਜਾ ਮਿਲਿਆ ਉਦਾਂ ਹੀ ਆਪਾਂ ਆਪਾਂ ਨੂੰ ਤਾਂ ਇਹ ਹੋਣਦਾ ਵੀ ਆਪਾਂ ਚਾਰ ਮਣ ਦਾਣੇ ਵੱਧ ਕੱਢ ਲੇ ਪਰ ਆਪਾਂ ਨੂੰ ਇਹਦਾ ਨੁਕਸਾਨ ਨਹੀਂ ਪਤਾ ਵੀ ਕਿੰਨਾ ਹੋ ਜਾਂਦਾ ਹੁਣ ਤੁਸੀਂ ਇਹ ਦੇਖੋ ਵੀ ਪਹਿਲਾਂ ਆਪਾਂ ਜਦੋਂ ਆਰਗੈਨਿਕ ਖੇਤੀ ਕਰਦੇ ਸੀ ਜਿਹੜੀਆਂ ਚਿੜੀਆਂ ਸੀ ਚਿੜੀਆਂ ਪਹਿਲੇ 20 25 ਦਿਨ ਆਪਣੇ ਬੱਚਿਆਂ ਨੂੰ ਜੀ ਜਿਹੜਾ ਉਹ ਕੀੜੇ ਮਕੌੜੀ ਖਵਾਉਂਦੀਆਂ ਨੇ ਦਾਣਾ ਨਹੀਂ ਖਵਾਉਂਦੀਆਂ ਤੇ ਉਹ ਸੁੰਡੀਆਂ ਲੈਂਦੀਆਂ ਸੀ ਉੱਥੋਂ ਹੁਣ ਆਪਾਂ ਪਹਿਲੀ ਰੇ ਸਪਰੇਅ ਕਰਦਾਂ ਨੇ ਆ ਰੇ ਸਪਰੇਹਾਂ ਦੇ ਨਾਲ ਇਹਨਾਂ ਨੂੰ ਸੁੰਡੀਆਂ ਜਿਹੜੀਆਂ ਚੱਕੜੀਆਂ ਔਖੀਆਂ ਹੁੰਦੀਆਂ ਕਿਉਂਕਿ ਇਹ ਜ਼ਹਿਰ ਵਾਲੀਆਂ ਇਹ ਸੈਂਸਿਟਿਵ ਹੁੰਦਾ ਪੰਛੀ ਜੀ ਇਹਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਜ਼ਹਿਰ ਆ ਹਨਾ ਉਹ ਆਪਣੇ ਬੱਚਿਆਂ ਨੂੰ ਕਿਉਂ ਖਵਾਉਗੀ ਇਹ ਦੇ ਕਰਕੇ ਉੱਥੋਂ ਚੱਕਦੇ ਨਹੀਂ ਮਤਲਬ ਕਿ ਹਰੇਕ ਕਿ ਲੜੀ ਬਣੀ ਵੀ ਆ ਆਪਾਂ ਲੜੀ ਤੋੜ ਰਹੇ ਆ ਤੇ ਆਪਣਾ ਵੀ ਦਿਨ ਜਿਹੜਾ ਆ ਰਿਹਾ ਫਿਰ ਹਾਂਜੀ ਹਾਂਜੀ ਮਨੋਖ ਜੀ ਹੁਣ ਰਾਜਾ ਬਣ ਗਿਆ ਇਸ ਧਰਤੀ ਦਾ ਕਹਿੰਦਾ ਵੀ ਮੈਂ ਮੇਰੇ ਤੋਂ ਪਾਵਰਫੁਲ ਕੋਈ ਚੀਜ਼ ਨਹੀਂ ਮੇਰੇ ਮਹਤਾਬ ਕੀ ਚੱਲੂਗੀ ਬਾਕੀ ਆਪਣੇ ਗੁਰੂ ਸਾਹਿਬਾਨਾ ਨੇ ਹਮੇਸ਼ਾ ਹੀ ਇਹ ਗੱਲ ਤੇ ਜ਼ੋਰ ਦਿੱਤਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਹੈ ਨਾ ਪਰ ਮੈਨੂੰ ਇਹ ਕਹਰੇ ਤੇ ਬਾਈ ਜੀ ਕਹਿੰਦੇ ਮੈਂ ਤਾਂ ਇਹ ਹੁਣ ਬੋਲਦਾ ਹੀ ਨਹੀਂ ਉਹ ਦੱਸਿਓ ਗੱਲ ਕਰ ਉਹ ਫਿਰ ਉਹ ਆਇਆ ਨਾ ਜਦੋਂ ਹੁਣ ਅਸੀਂ ਆਪਾਂ ਨੇ ਪਹੁੰਚ ਪੈਂਦਾ ਦੇਖੋ ਸ਼ਲੋਕ ਹੈ ਸਰ ਨੂੰ ਵੱਡਾ ਸ਼ਲੋਕ ਹੈ ਇਹ ਹਾਂ ਜਦੋਂ ਇਹ ਸ਼ਲੋਕ ਬਾਬੇ ਨੇ ਮੇਰਾ ਦਿਮਾਗ ਹੈ ਜਿਹੜਾ ਇੱਧਰ ਸ਼ਲੋਕ ਬੰਨੀ ਤਾਂ ਨਹੀਂ ਮੈਂ ਤਾਂ ਫਿਰ ਉੱਧਰ ਉਹਨਾਂ ਮੇਰਾ ਦਿਮਾਗ ਪਾਣੀ ਬੰਨੀ ਜਾਪੜਦਾ ਲੋਕਾਂ ਦੇ ਡੁੱਲੀ ਜਾਂਦਾ ਹੈ ਹੈ ਜੀ ਹਵਾ ਨੂੰ ਅਸੀਂ ਜਹਰ ਕਰੀ ਜਾਂਦੇ ਆ ਧਰਤੀ ਜਿਹੜੀ ਮਾਤ ਹੈਗੀ ਹੁਣ ਤੁਹਾਨੂੰ ਧਰਤੀ ਮਾਤਾ ਦਾ ਕੀ ਹਾਲ ਦੱਸਾਂ ਤੁਸੀਂ ਆਪੀ ਜੇ ਅਸੀਂ ਠੇਕੇ ਦੀ ਕੋਈ ਵੀ ਲਾ ਲਓ ਤੁਸੀਂ ਨੋਰਮਲ ਤੁਸੀਂ ਉੱਥੇ ਫਸਲ ਬੀਜ ਕੇ ਦੇਖ ਲਓ ਤੁਹਾਨੂੰ ਆਪੀ ਪਤਾ ਲੱਗ ਜੂ ਵੀ ਮੇਰੀ ਧਰਤੀ ਚ ਕੀ ਹੈ ਬਸ ਜਮਾ ਮਾ ਬਿਲਕੁਲ ਡੈਡ ਕਰੀ ਪਈ ਐ ਇੰਨਾ ਰੇਹਾਂ ਸਪਰੇਹਾਂ ਸਿੱਟ ਕੇ ਇੰਨਾ ਕੁਛ ਕਰਿਆ ਪਿਆ ਵੀ ਦੁਨੀਆ ਪਤਾ ਨਹੀਂ ਮਾਦ ਇਨਸਾਨ ਖੜੂਗਾ ਕਿੱਥੇ ਮੈਂ ਤਾਂ ਇਹ ਹੈਰਾਨ ਆ ਵੀ ਕੀ ਹੋਈ ਜਾਂਦਾ ਇਹ ਖੜਿਆ ਤਾਂ ਮੇਰੇ ਖਿਆਲ ਜਦੀ ਜਿਆਦਾ ਇਲਾ ਮੰਗੋ ਸਸਤਰ ਵਿਛਣੇ ਆ ਬਾਕੀ ਐ ਨਾ ਜੀ ਦੇਖੋ ਜਦੋਂ ਇਹਦੇ ਕੋਲ ਸਾਰੀ ਪਾਵਰ ਹੈਗੀ ਆ ਹਨਾ ਸਾਰੀ ਸ੍ਰਿਸ਼ਟੀ ਦਾ ਧਿਆਨ ਹੀ ਨਹੀਂ ਰੱਖਣਾ ਸੀ ਇਹੀ ਉਹ ਪਸ਼ੂ ਪੰਛੀਆਂ ਦਾ ਰੁੱਖਾਂ ਦਾ ਸਦਾ ਰਖਵਾਲਾ ਰਖਵਾਲਾ ਹੈਗਾ ਤੇ ਉਹ ਉਹਨਾਂ ਦਾ ਇਹ ਵਿਰੋਧੀ ਬਣ ਕੇ ਖੜਾ ਹੋ ਗਿਆ ਵਿਰੋਧੀ ਉਹਨਾਂ ਦਾ ਗਿਆ ਮਤਲਬ ਆਪਣਾ ਹੀ ਵਿਰੋਧੀ ਹੈ ਕਿਉਂਕਿ ਉਹ ਆਪਣੀ ਜਿਹੜੀ ਜਿੜੀ ਜਨੌਰ ਹੈ ਉਹ ਵੀ ਆਪਣੀ ਹੈ ਕਿਉਂਕਿ ਜਦੋਂ ਵੀ ਕੋਈ ਪ੍ਰਜਾਤੀ ਇੱਕ ਵੀ ਚਾਹੇ ਕੀੜੇ ਮਕੌੜਿਆਂ ਦੀ ਚਾਹੇ ਕੋਈ ਜਾਨਵਰਾਂ ਦੀ ਚਾਹੇ ਪੰਛੀਆਂ ਦੀ ਰੁੱਖਾਂ ਦੀ ਇੱਕ ਵੀ ਪ੍ਰਜਾਤੀ ਖਤਮ ਹੁੰਦੀ ਹੈ ਤਾਂ ਮਨੁੱਖ ਦੇ ਉੱਤੇ ਬਹੁਤ ਪ੍ਰਭਾਵ ਪੈਂਦੇ ਆ ਹੁਣ ਜਿਵੇਂ ਵਿਦੇਸ਼ਾਂ ਦੇ ਵਿੱਚ ਜੇ ਇੱਕ ਫੈਮਲੀ ਵੀ ਉਹਨਾਂ ਦੀ ਅਲੋਪ ਹੁੰਦੀ ਹੈ ਨਾ ਕਿਸੇ ਪੰਛੀ ਦੀ ਜੀ ਇੱਕ ਵੀ ਤਾਂ ਉਥੇ ਕਰੋੜਾਂ ਰੁਪਈਆ ਉਹ ਖਰਚ ਕਰ ਦੰਦੇ ਆ ਵੀ ਆਪਣਾ ਜਿਹੜੀ ਲੜੀ ਐ ਇਹ ਟੁੱਟ ਨਾ ਜਾਵੇ ਵੀ ਆਪਾਂ ਇਹਨੂੰ ਆਪਾਂ ਬੈਲੈਂਸ ਕਰਨ ਦੇ ਲਈ ਆਪਾਂ ਨੂੰ ਬਚਾਉਣੀ ਪੈਣੀ ਆ ਉਹਦੇ ਉੱਤੇ ਨਾਮ ਵੀ ਰੱਖਦੇ ਆ ਵੀ ਸਾਨੂੰ ਆਹ ਪੰਛੀ ਲੱਭ ਕੇ ਲਿਆ ਕੇ ਦਿਓ ਜਾਂ ਰੁੱਖ ਖਤਮ ਹੋ ਗਿਆ ਇਹ ਪੈਦਾ ਕਰੋ ਪਰ ਆਪਣੇ ਇੱਥੇ ਸਰਕਾਰਾਂ ਦਾ ਵੀ ਕੋਈ ਧਿਆਨ ਨਹੀਂ ਹੈਗਾ ਵੀ ਆਪਾਂ ਕੋਈ ਕਿਸੇ ਨੇ ਤੁਸੀਂ ਐ ਦੱਸੋ ਕਿਸੇ ਨੇ ਮੈਨੀਫੈਸਟੋਰ ਦੇ ਵਿੱਚ ਇਹ ਲਿਖਿਆ ਵੀ ਆਪਾਂ ਰੁੱਖਾਂ ਦੀ ਜਾਨਵਰਾਂ ਦੀ ਜਾਂ ਪੰਛੀਆਂ ਦੀ ਰਾਖੀ ਕਰਨੀ ਹੈ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਰੁੱਖਾਂ ਪੰਛੀ ਉਹਨਾਂ ਨੂੰ ਪਤਾ ਮੇਰਾ ਖਿਆਲ ਹੈ ਵੀ ਇਹਨਾਂ ਰੁੱਖਾਂ ਪੰਛੀਆਂ ਦੇ ਕੁਝ ਨਹੀਂ ਇਹਨਾਂ ਨੂੰ ਵਾਤੇ ਵਾਤੇ ਯੂਰੀਆ ਦੋ ਅੱਛਾ ਬਾਈ ਜੀ ਆਪਣੇ ਕੋਲ ਇਸ ਤਰ੍ਹਾਂ ਨੇ ਬਾਈ ਜੀ ਦਾ ਨਾਮ ਕਿਹਾ ਪ੍ਰੇਮਜੀਤ ਜੀ ਪ੍ਰੇਮਜੀਤ ਆਪਣਾ ਕਿਵੇਂ ਆਪਣਾ ਇਧਰ ਨੂੰ ਕਿਵੇਂ ਜੁੜੇ ਮੈਂ ਨਾ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਤਾਂ ਸੰਦੀਪ ਭਾਜੀ ਵਰਗੇ ਸਕੂਲਾਂ ਦੇ ਵਿੱਚ ਫੰਕਸ਼ਨ ਕਰਵਾਉਂਦੇ ਹੁੰਦੇ ਸੀਗੇ ਤੇ ਉਦੋਂ ਤੋਂ ਮੈਂ ਇਹਨਾਂ ਦੇ ਨਾਲ ਜਿਹੜਾ ਜੁੜ ਗਿਆ ਸੀਗਾ ਫਿਰ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਉਹਨਾਂ ਨੂੰ ਮੈਂ ਇੱਕ ਡੇਗ ਦਾ ਦਰਖਤ ਲਗਾਉਂਦੇ ਦੇਖਿਆ ਸੀਗਾ ਤੇ ਬਸ ਭਾਜੀ ਵਰਗੇ ਕੰਮ ਕਰਦੇ ਸੀ ਮੇਰੇ ਮਨ ਦੇ ਵਿੱਚ ਉਹ ਚिटਕ ਲੱਗੀ ਸੀ ਵੀ ਮੈਂ ਵੀ ਇਹ ਕੁਝ ਕਰਨਾਗਾ ਬਸ ਉਦੋਂ ਤੋਂ ਮੈਂ ਭਾਜੀ ਵਰਗੇ ਨਾਲ ਜੁੜਿਆ ਹੋਇਆਗਾ ਤੇ ਤਕਰੀਬਨ ਦਰਖਤ ਲਾ ਰਹੇ ਹਾਂ ਮਿਹਨਤ ਲਾ ਰਹੇ ਹਾਂ ਜੀ 2010 11 ਦੇ ਵਿੱਚ ਮੈਂ ਬਾਈ ਸੰਦੀਪ ਵਰਗੇ ਨਾਲ ਆ ਗਿਆ ਸੀਗਾ ਜੀ ਤੇ ਉਦੋਂ ਤੇ ਹੁਣ ਤੱਕ ਲੱਗੇ ਹੋਏ ਹਾਂਗੇ ਦਰਖਤ ਵੀ ਲਗਾ ਰਹੇ ਹਾਂਗੇ ਔਰ ਜਿਹੜੇ ਪੰਛੀਆਂ ਨੂੰ ਹੱਲਣਾਂ ਦੀ ਜ਼ਰੂਰਤ ਹੈ ਉਹਨਾਂ ਲਈ ਅਸੀਂ ਉਹ ਪਲਾਟ ਲਗਾ ਰਹੇ ਹਾਂਗੇ ਤਾਂ ਜੋ ਉਹ ਆਪਣੀ ਜਿਹੜੀ ਬਰੀਡਿੰਗ ਆ ਗਈ ਉਹ ਕਰ ਸਕਣ ਕਿਉਂਕਿ ਹੁਣ ਨਾਂਤਾ ਖੁੱਡਾ ਰਹੀਆਂ ਹੀ ਟਿੱਬੇ ਡੁੱਬੇ ਕੁਛ ਨਹੀਂ ਰਿਹਾ ਕੋਈ ਦਰਸਤੀ ਨਹੀਂ ਰਹੇ ਕੁਛ ਨਹੀਂ ਰਿਹਾ ਤੇ ਉਹਨਾਂ ਦੀ ਜਿਹੜੇ ਪੰਛੀ ਆਪਣਾ ਆਲਣਾ ਖੁਦ ਬਣਾ ਸਕਦੇ ਨੇਗੇ ਉਹਨਾਂ ਕੋਲੇ ਹੁਨਰ ਹੈ ਵੀ ਜਿਹੜਾ ਜੀ ਵੀ ਜਿਹੜਾ ਵੀ ਕਿੰਨਾ ਕੁ ਟਾਈਮ ਆਲਣਾ ਬਣਾ ਲੂ ਆਪਦਾ ਜਦੋਂ ਹੁਣ ਗੰਨੇ ਦਾ ਆਗ ਹੀ ਨਹੀਂ ਮਿਲੂਗਾ ਉਹਨੂੰ ਤੇ ਇਸ ਲਈ ਵੀ ਇੱਕ ਉਹਨਾਂ ਨੂੰ ਬਦਲਾ ਦਿੱਤਾ ਹੋਇਆਗਾ ਹੱਲ ਪੱਕਾ ਇਹੀ ਹੈ ਵੀ ਵੱਧ ਤੋਂ ਵੱਧ ਦਰਸਤ ਲਗਾਏ ਜਾਣ ਤੇ ਬਹੁਤ ਭੈਣ ਭਰਾ ਸਾਨੂੰ ਕਹਿੰਦੇ ਨੇ ਵੀ ਯਾਰ ਪੰਛੀ ਨੂੰ ਆਲਸੀ ਬਣਾਉਣੇ ਯਾਰ ਤੁਸੀਂ ਵੀ ਦਰਸਤ ਲਾਓ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਦਾਗਾ ਵੀ ਉਹਨਾਂ ਦੇ ਸਵਾਲ 'ਚ ਹੀ ਸਵਾਲ ਹੈਗਾ ਵੀ ਅਸੀਂ ਦਰਖਤ ਲਗਾਉਣੇ ਆ ਲਗਾ ਵੀ ਰਹੇ ਆ ਤੇ ਅੱਗੇ ਵੀ ਲਗਾਵਾਂਗੇ ਵੀ ਮੈਨੂੰ ਇਹ ਦੱਸੋ ਵੀ ਅੱਜ ਇੱਕ ਬੂਟਾ ਲਾਉਣੇ ਆ ਤਾਂ ਉਹ ਬੂਟਾ ਕਿੰਨੇ ਸਮੇਂ ਦੇ ਵਿੱਚ ਇੱਕ ਦਰਖਤ ਦਾ ਰੂਪ ਲਊਗਾ ਤਾਂ ਜੋ ਪੰਛੀ ਉਹਦੇ ਤੇ ਆਪਣਾ ਆਲਣਾ ਬਣਾ ਸਕੇ ਸਹੀ ਤਾਂ ਹੈ ਨਹੀਂ ਅੱਜ ਆਪਾਂ ਇੱਕ ਬੂਟਾ ਲਾਤਾ ਵੀ ਕੱਲ ਨੂੰ ਉਹ ਵੱਡਾ ਹੋ ਜੂ ਪਰਸੋਂ ਨੂੰ ਪੰਛੀ ਆ ਕੇ ਉੱਤੇ ਆਲਣਾ ਪਾ ਲੂਗਾ ਉਹਨੂੰ ਤਕਰੀਬਨ ਈ 15-20 ਸਾਲ ਲੱਗ ਜਾਣੇ ਆਗੇ ਇਕ ਦਰਸ਼ਕ ਦਾ ਰੂਪ ਲੈਣ ਦੇ ਵਿੱਚ ਮੈਨੂੰ ਨਾ ਥਾਰੀਆਂ ਬਾਤਾਂ ਦੇ ਇੱਕ ਬਾਤ yaad ਆ ਰਹੀ ਮੈਂ ਆਪਣੇ ਨਾਨਕੇ ਗਿਆ ਵਾ ਦਾ ਘਨੌਰ ਐ ਚਮਾਰੂ ਆਪਣੇ ਰਾਜਪੁਰੇ ਦੇ ਪਰਾ ਘਨੌਰ ਐ ਨਾਨਕੇ ਮੈਂ ਗਿਆ ਵਾ ਦਾ ਬੈਠਕਾਂ ਹੋਈਆਂ ਦੀਆਂ ਬੈਠਕਾਂ ਦਾ ਭੋਗ ਪੈ ਗਿਆ ਨੇ ਤਾਂ ਬੈਡਰੂਮ ਐ ਡਾਈਨਿੰਗ ਰੂਮ ਐ ਸ਼ਾਈਨਿੰਗ ਰੂਮ ਐ ਬੰਦੇ ਕਿੰਨੇ ਰੂਮ ਐ ਯਾਰ ਰੂਮ ਉਹ ਬਈ ਬੈਠਕਾਂ ਮੈਂ ਗਿਆ ਉੱਥੇ ਚਿੜਾ ਆ ਗਿਆ ਯਾਰ ਮੈਨੂੰ ਅੱਜ ਨਾ ਦੱਸ ਦਿਆਂ ਬਹੁਤ ਰੰਜ ਮੈਂ ਕਈ ਵਾਰੀ ਜ ਇਕੱਲਾ ਬੈਠਾ ਸੋਚਿਆ ਨਾ ਬਹੁਤ ਤਕਲੀਫ ਹਾ ਮੈਨੂੰ ਚੀੜਾ ਮੈਂ ਅੰਦਰ ਬੰਦ ਕਰ ਲਿਆ ਦਰਵਾਜ਼ਾ ਅਲਾ ਦਾ ਚੀੜਾ ਬੰਦ ਹੋ ਗਿਆ ਚਿੜੇ ਨੂੰ ਮੈਂ ਭਜਾਣ ਲੱਗ ਗਿਆ ਜਿਹੜਾ ਇੰਨਾ ਭਜਾਇਆ ਮਤਲਬ ਕਿ ਉਹਨੂੰ ਫੜਨ ਲੱਗਾ ਜਿਹੜਾ ਦੌੜੇ ਕਰ ਮੈਂ ਛੋਟਾ ਦਾ ਜਿਹੜਾ ਹੰਬ ਗਿਆ ਉਹ ਫਿਰ ਗਿਰ ਗਿਆ ਫਿਰ ਮੈਂ ਉਹਨੂੰ ਮਤਲਬ ਪਾਣੀ ਲਾ ਗਿਆ ਮੈਂ ਕਿਹਾ ਇਹ ਤਾਂ ਮਰ ਗਿਆ ਸ਼ਾਇਦ ਮੈਨੂੰ ਲੱਗਿਆ ਪਰ ਉਹ ਜੂੰਦਾ ਦਾ ਪਾਣੀ ਬਲੰਦਾ ਪਰ ਉਹ ਬੰਦਾ ਉੱਥੇ ਹੀ ਹੰਬ ਕੇ ਮਰ ਗਿਆ ਮੈਂ ਕਿਹਾ ਯਾਰ ਇਹ ਤਾਂ ਪਾਪ ਹੋ ਗਿਆ ਮੈਨੂੰ ਅੱਜ ਵੀ ਜਦੋਂ ਯਾਦ ਆਵਾ ਮੈਂ ਕਿਹਾ ਯਾਰ ਮਤਲਬ ਕਿ ਕੋਈ ਦੱਸਣ ਵਾਲਾ ਇੰਦਾ ਤੇ ਤੁਸੀਂ ਦੱਸ ਰਹੇ ਹੋ ਵੀ ਕਾਮਰੇਡਾਂ ਨੇ ਜਿਹੜੇ ਆਪਣੇ ਆਪ ਨੂੰ ਇੰਨੇ ਸਿਆਣੇ ਸਮਝਦਾਰ ਕਾਮਰੇਡਾਂ ਕਲਾਣਾ ਵੀ ਫੇਸਬੁੱਕ 'ਰ ਬਹੁਤ ਖਾੜਾ ਚਲਾਵਾ ਤੇ ਉਹ ਇੰਨੀਆਂ ਚਿ ਮਨ ਨੂੰ ਇਹ ਨਹੀਂ ਪਤਾ ਵੀ ਯਾਰ ਇਹ ਲੜੀਆਂ ਆ ਭੋਜਨ ਲੜੀ ਦੇ ਵਿੱਚ ਸਾਰਾ ਕੁਝ ਜੁੜਿਆ ਵਾ ਜਿ ਤਰ੍ਹਾਂ ਕੰਦਮ ਆਪਾਂ ਰਦਾ ਹੈ ਤੇ ਰਦਾ ਕੱਢਦੇ ਸਾਰਾ ਮਕਾਨ ਗਿਰੇਗਾ ਕਿ ਟੱਕੜੀ ਦੋ ਕੱਢੀ ਰਦਾ ਗਿਆ ਛੁੱਟੀ ਸੋ ਅਚ ਜਿਹੜਾ ਇਹ ਇਹ ਲਾਉਂਦੇ ਨੇ ਮੈਂ ਇਹਦੇ ਬਾਰੇ ਵੀ ਦੱਸ ਦਿੰਨਾ ਵੀ ਜਿਹੜੇ ਹੁਣ ਇਹ ਲਾਉਂਦੇ ਆ ਨਾ ਅਲ ਨਾ ਲਾਉਂਦੇ ਨੇ ਹੂੰ ਇਹ ਹੁਣ ਮਾਸਟਰ ਨੇ ਤੁੰਨੇ ਪੂਰੇ ਇਹ ਵੀ ਹਰ ਇੱਕ ਬੰਦੇ ਦੇ ਬਸਦਾ ਰੋਗ ਨਹੀਂ ਹੈ ਅਲ ਨਾ ਉੱਪਰ ਵੀ ਜਾਣਾ ਅਲ ਨਾ ਲਾ ਦੇਾਂਗੇ ਤੁਸੀਂ ਉਹਦੇ ਵਿੱਚ ਲੱਖ ਜਤਨ ਕਰ ਲੋ ਤੇ ਲੈਂਦੀ ਨਹੀਂ ਉਹ ਨਹੀਂ ਲੈਂਦੀ ਹੀ ਨਹੀਂ ਇਹ ਲਾ ਦੇਣ ਦੋਨੋਂ ਖੜੇ ਐ ਬੈਠੇ ਐ ਤੁਸੀਂ ਲਾ ਕੇ ਸੀ ਭਾਜੇ ਪਰੇ ਹੋਏ ਆ ਉੱਥੇ ਜਿੱਦਿਆ ਗੱਲ ਕਰਦੇ ਸੀ ਮੈਂ ਆਹ ਵਾਰ ਨੂੰ ਲਾ ਕੇ ਇਸ ਪੈਰੂਡੇ ਤੇ ਲਾਈ ਸੀ ਇਹ ਲਾ ਕੇ ਬੰਦਾ ਉੱਤਰੀ ਹੀ ਐ ਛੱਟਦੇ ਨੇ ਉਹਦੀ ਡੱਕੇ ਰੱਖੀ ਬੈ ਕੇ ਡੱਕੇ ਰੱਖਣ ਲੱਗੀ ਮੈਂ ਹੈਰਾਨ ਅਸੀਂ ਹੋ ਗਏ ਸੀ ਪਤਾ ਕੀ ਐ ਜੀ ਇਹ ਜਿਹੜੇ 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 ਪੰਛੀ ਆ ਨਾ ਜੀ ਇਹ ਮਨੁੱਖ ਤੋਂ ਜ਼ਿਆਦਾ ਸਿਆਣੇ ਆ ਤੁਸੀਂ ਐ ਦੇਖੋ ਮਨੁੱਖ ਨੂੰ ਪਾਣੀ ਪੀਣ ਦਾ ਵੀ ਨਹੀਂ ਪਤਾ ਵੀ ਕਿਵੇਂ ਪੀਣਾ ਤੁਸੀਂ ਇਹ ਦੇਖੋ ਵੀ ਇਹ ਚੁੰਝ ਭਰਦੇ ਆ ਹੋੜ ਥੋੜੀ ਥੋੜੀ ਕਰਕੇ ਨਾ ਬੂੰਦ ਬੂੰਦ ਨਾ ਪਿੰਦੇ ਹਾਂਜੀ ਹਾਂਜੀ ਵੀ ਇਹਨਾਂ ਨੂੰ ਨਾ ਜੀ ਸੂਝ ਬਹੁਤ ਆ ਜੇ ਮੈਂ ਹੁਣ ਮੰਨ ਲਉ ਆਪਾਂ ਪਲੇਨ ਕੰਨ ਦੇ ਉੱਤੇ ਨੈਸ਼ਨ ਲਾ ਦਈਏ ਇਹਨਾਂ ਨੂੰ ਪਤਾ ਵੀ ਉੱਪਰੋਂ ਕੋਈ ਵਾਧਰਾ ਨਹੀਂ ਹੈਗਾ ਵੀ ਸਾਡੇ ਬੱਚਿਆਂ ਨੂੰ ਖਤਰਾ ਹੋਣਾ ਕੋਈ ਬਿੱਲੀ ਦਾ ਕੋਈ ਮਨੁੱਖ ਦਾ ਇਹ ਉੱਥੇ ਆਲਣਾ ਨਹੀਂ ਬਣਾਉਂਦੇ ਜੀ ਉਹ ਚੈੱਕ ਕਰ ਲਾਂਗੇ ਕਿਹੜਾ ਇਹਦੋਂ ਬਾਅਦ ਛੱਡ ਦਾਨਗੇ ਤੇ ਜੇ ਜਮੇ ਇਹਨਾਂ ਨੂੰ ਐ ਕੰਨ ਦੀ ਬਹੁਤ ਲੰਬੀ ਆ ਜੀ ਵੀ ਆਪਾਂ ਮੰਨ ਲਓ 20 ਫੁੱਟ ਉੱਚੀ ਕਾਂ ਦਾ ਵਿਚਾਲੇ ਆਪਾਂ 10 ਫੁੱਟ ਤੇ ਲਾਤਾ ਫੇਰ ਕੋਈ ਦਿੱਕਤ ਨਹੀਂ ਜੀ ਹਨਾ ਪਰ ਜਦੋਂ ਆਪਾਂ ਇਹ ਕਹਿੰਦੇ ਹਾਂ ਕਾਂ ਦੀ 8 ਫੁੱਟ ਆ ਜੀ ਆਪਾਂ ਜਮਾ ਬਾਦਰੇ ਦੇ ਨਾਲ ਲਾਤਾ ਉੱਪਰ ਹੈ ਨਹੀਂ ਕੋਈ ਜਗ੍ਹਾ ਹਨਾ ਫੇਰ ਇਹਨਾਂ ਨੂੰ ਫੇਰ ਨਹੀਂ ਇਹ ਬਣਾਉਂਦੇ ਉੱਥੇ ਆਲਣਾ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖ ਲੈਣੇ ਆ ਵੀ ਅਸੀਂ ਇਹ ਦੇਖਦੇ ਹੁੰਨੇ ਆ ਜੀ ਵੀ ਮੰਨ ਲਓ ਅਸੀਂ ਪੰਛੀ ਆ ਵੀ ਅਸੀਂ ਇੱਥੇ ਆਪਣਾ ਆਲ ਨਾ ਤਿਆਰ ਕਰਨਾ ਵੀ ਇੱਥੇ ਕਿਹੜਾ ਕਿਹੜਾ ਬੰਦੇ ਦਾ ਹੱਥ ਪਹੁੰਚ ਕਿੱਥੇ ਕਿ ਤੱਕ ਇਹਦੀ ਜਾਂਦੀ ਹੈ ਕਿਹੜੇ ਬੰਦੇ ਦੀ ਵੀ ਆਪਾਂ ਨੂੰ ਕੀ ਹੈ ਇਹ ਪੰਛੀ ਇਦਾਂ ਹੀ ਸੋਚਦੇ ਆ ਜਾਂ ਵੀ ਸਾਈਡ ਤੋਂ ਬਿੱਲੀ ਤਾਂ ਅਟੈਕ ਕਰਦੀ ਹਾਂਜੀ ਹਾਂ ਜੀ ਕੀ ਬਾਤ ਹੈ ਮੈਨੂੰ ਨਾ ਉਹ ਥਾਰੀ ਮੈਂ ਬਾਤ ਸੁਣਾ ਰਹੇ ਦਾ ਪਹਿਲਾਂ ਇੱਲਾਂ ਵਾਲੀ ਵੀ ਇੱਲਾਂ ਹੋਈਆਂ ਦੀਆਂ ਅੱਧੀ ਛੁੱਟੀ ਹੋਈ ਮੈਨੂੰ ਅੱਜ ਵੀ ਯਾਦ ਹੈ ਮੈਂ ਪੰਜੀਆਂ ਪੜਾਉਂਦਾ ਇੱਕ ਨਿਆਣਾ ਚੌਥੀ ਵਾਲਾ ਦਾ ਉਹ ਉੱਪਰ ਨੂੰ ਮੂੰਹ ਕਰਕੇ ਨਿਆਣਾ ਨਾ ਆ ਨਹੀਂ ਕਰ ਲਾ ਜਾਂਦੇ ਆ ਕਰ ਲੈ ਉਧਰ ਦੇ ਵਿੱਚ ਚੀਲ ਇੱਲ ਨੇ ਆਪਣਾ ਬਿੱਠ ਗਰੀ ਹੁਣ ਇੱਲ ਗੀ ਬਿੱਠ ਗੜਾ ਆਮ ਦੀ ਮਾਤਲ ਵਿੱਚ ਡਿਗੀ ਬਿੱਠਦੀ ਵਾਏ ਨਿਆਣੇ ਨੂੰ ਨਾ ਦਾ ਬੋਲਿਆ ਜੈ ਨਾ ਉਸ ਦਾ ਮੂੰਹ ਦੀ ਵੀਰ ਉਹ ਕਹਿੰਦਾ ਰੀ ਨੂੰ ਕਿਆ ਹੋ ਗਿਆ ਇਹਦਾ ਬਿੱਠ ਕਰ ਗਈ ਮਤਲਬ ਕਿ ਭਾਈ ਉਹ ਕਮਾਲ ਆ ਰ ਹੋਰ ਦੇਖਿਆ ਤਾਂ ਮਾਨ ਹੈ ਵੀ ਜੈ ਦਿੱਲਾ ਡੰਗਰ ਖਾਕ ਹੈ ਫਿਰ ਉਹ ਸਮਾਨ ਮੈਂ ਗੇੜੇ ਕੱਢੇ ਦੀਆਂ ਭਾਈ ਜਦੋਂ ਸੂਰਜ ਦੇ ਮੂਰੇ ਆ ਜੇ ਦੀਆਂ ਹਨੇਰਾ ਹੋ ਜਾਏਗਾ ਧਰਤੀ ਉਹ ਐਨੇ ਐਨੇ ਖੰਭ ਖੋਲਣੇ ਉਹਨਾਂ ਨੇ ਯਾਰੋ ਕਿਆ ਬਾਤਾਂ ਦੀਆਂ ਪਤਾ ਲੱਗਦਾ ਸੀ ਜਦੋਂ ਐ ਸ਼ਾਓਮੇ ਇੱਕ ਦਿਸਣੀ ਦੂਰੋਂ ਐਡੀ ਵੱਡੀ ਚੌੜੇ ਪਰ ਅੱਜ ਦੀ ਜਨਰੇਸ਼ਨ ਨੂੰ ਤਾਂ ਇਲਾ ਬਾਰੇ ਪਤਾ ਹੀ ਨਹੀਂ ਹੈਗਾ ਜੀ ਵੀ ਇਲਾ ਕੀ ਨੇਗੀ ਹੁਣ ਦੇਖੋ 52 ਪ੍ਰਜਾਤੀਆਂ ਜੀ ਜਿਹੜੀਆਂ ਖੁੱਡਾਂ ਚ ਰਹਿੰਦੀਆਂ ਸੀ 52 ਪ੍ਰਜਾਤੀਆਂ ਬੇਕਾਰ ਕੀਤੀਆਂ ਮਨੁੱਖ ਨੇ ਹੂੰ ਘਾਰ ਪੱਟੇ ਮਤਲਬ ਅਸਲ ਮਤ ਦਾ ਬਾਤ ਇਹ ਹੈ ਨਾ ਕਹਿੰਦਾ ਵੀ ਆਪਾਂ ਆਪਣਾ ਪਰ ਲਊਗਾ ਦਿਨ ਜਿਹੜਾ ਨੇੜੇ ਲਿਆ ਰਹੇ ਹੈ ਨਾ ਕਿਉਂਕਿ ਸਾਰਾ ਕੁਝ ਤੋੜਦੇ ਆ ਰਹੇ ਹੈ ਜਿਵੇਂ ਗ੍ਰੀਲਾ ਜੰਗ ਵਾਲਾ ਕੰਮ ਹੈ ਇਦਰਾ ਵੀ ਕੁਦਰਤ ਕਹਿ ਰਹੀ ਹੈ ਵੀ ਆ ਜਾਓ ਹੂੰ ਆਈ ਜਾਓ ਕੋਈ ਨਹੀਂ ਆਣਦੇ ਯਾਰ ਮੈਂ ਗਿਆ ਹਿਮਾਚਲਵਾ ਫਿਰ ਪਰਛਾ ਮਾਰਨਾ ਕੁਦਰਤ ਨੇ ਮੈਂ ਹਿਮਾਚਲਵਾ ਗਿਆ ਸਮੇ ਹਿਮਾਚਲਵਾ ਜਾ ਕੇ ਦੇਖਿਓ ਉੱਥੇ ਇਸਤੇ ਵੀ ਬੜੀ ਤਬਾਈ ਹੋਈ ਵੀ ਕੋਈ ਪਹਾੜ ਨਹੀਂ ਛੱਡਿਆ ਜਿਸਕੇ ਤਹਲੇ ਸੁਰੰਗ ਨਹੀਂ 22 ਕਿਲੋਮੀਟਰ ਲੰਬੀ ਸੁਰੰਗ ਬਿਜਲੀ ਦੇ ਪ੍ਰੋਜੈਕਟ ਫਲਾਣਾ ਉਹ ਪੱਟ ਤੇ ਸਾਰਾ ਕੁਝ ਖਤਮ ਉਹ ਮੈਂ ਇੱਥੇ ਗਿਆ ਵਾ ਟਰੈਕਿੰਗ ਵੇਰ ਉੱਥੇ ਮੈਂ ਬੈਠ ਗਿਆ ਕਿ ਇੱਕ ਜਨਾਨੀ ਬੈਠੀ ਪਿੰਡ ਦੀ ਤੇ ਮੈਂ ਬਾਤਾਂ ਕਰ ਮੈਂ ਕਿਹਾ ਇਹ ਕੀ ਚੀਜ਼ ਹੋ ਰਹੀ ਵਨ ਪਰ ਜਨਾਨੀ ਨੂੰ ਕੋਈ ਪਤਾ ਨਹੀਂ ਬਾਤ ਆ ਬੂਤ ਵਰਨ ਵਾਲਾ ਮੁੱਦਾ ਕਹਿੰਦੇ ਇਹ ਤਾਂ ਕਹਿੰਦੇ ਇੱਕ ਦਿਨ ਸਾਰਾ ਕੁਝ ਕਹਿੰਦੇ ਹੜਕ ਇਹਨਾਂ ਕਹਿੰਦਾ ਇਸ ਤਰ੍ਹਾਂ ਹੀਟਾਂ ਕਰਨਾ ਹੈ ਕਹਿੰਦੇ ਪਹਾੜੇ ਪੱਟ ਦਿਆ ਸੋ ਬੰਦਾ ਜਿਹੜੀ ਆਪਣੀ ਸਿਆਣਪ ਕਰ ਰਿਹਾ ਉਹ 2012 ਫਿਲਮ ਨਹੀਂ ਦੀ ਹਾਂਜੀ ਉਹਦਾ ਟਾਈਮ ਲੰਘ ਗਿਆ ਹੁਣ 12 ਦਾ ਹੁਣ ਲਗਾ ਅਗਲਾ ਟਾਈਮ ਨੇੜੇ ਹੀ ਹੈ ਬਾਕੀ ਜੀ ਗੱਲ ਇਹ ਹੈ ਮਨੁੱਖ ਕਿੰਨਾ ਮਰਜ਼ੀ ਉਹ ਕਰ ਲੇ ਬੈਲੈਂਸ ਤਾਂ ਕੁਦਰਤ ਨੇ ਆਪਣੇ ਆਪ ਨੂੰ ਕਰ ਹੀ ਲੈਣਾ ਜੀ ਪਰ ਮੈਂ ਇਹ ਕਹਿਣਾ ਵੀ ਜਿਓ ਤੇ ਜਿਉਣ ਦਿਓ ਕੁਦਰਤ ਕਹਿੰਦੀ ਵੀ ਤੁਹਾਨੂੰ ਇੱਥੇ ਭੇਜਿਆ ਇਥੇ ਸਾਰਿਆਂ ਦਾ ਇੱਕੋ ਜਿਹਾ ਅਧਿਕਾਰ ਹੈ ਚਾਹੇ ਉਹ ਚਿੜੀ ਹੈ ਚਾਹੇ ਕੋਈ ਬੰਦਾ ਠੀਕ ਹੈ ਜੀ ਵੀ ਤੁਸੀਂ ਜਿਉਓ ਤੇ ਜਿਉਂ ਤੇ ਕਿਸੇ ਦਾ ਨੁਕਸਾਨ ਨਾ ਕਰੋ ਹੁਣ ਜੇ ਇੱਕ ਧਿਰ ਨੁਕਸਾਨ ਕਰੂਗੀ ਤਾਂ ਉਹਦਾ ਤਾਂ ਪ੍ਰਮਾਤਮਾ ਨਹੀਂ ਕਰਨਾ ਜੀ ਨਿਆਂ ਹਨਾ ਬਿਲਕੁਲ ਅੱਛਾ ਤੁਹਾਨੂੰ ਜਿਹੜਾ ਤੁਸੀਂ ਆਲਣੇ ਉਹਨੇ ਲਾਵਾ ਆਇਨਾ ਪਰ ਕਿਉਂਕਿ ਬਣਾਇਆ ਜਾਂ ਖਰਚਾ ਹੋਇਆ ਉਹ ਸਾਰਾ ਕੁਝ ਕਿਸ ਤਰ੍ਹਾਂ ਫਿਰ ਖਰਚਾ ਹੈ ਜੀ ਅਸੀਂ ਐ ਆ ਕਿਤੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸਾਨੂੰ ਤੁਸੀਂ ਪੈਸਾ ਦਿਓ ਆ ਦਿਓ ਹਨਾ ਅਸੀਂ ਕਹਿੰਦੇ ਆ ਵੀ ਸਾਨੂੰ ਆਲਣੇ ਦਵਾ ਦਿਓ ਸਾਨੂੰ ਬੂਟੇ ਦਵਾ ਦੋ ਇਹ ਆਲ ਨੇ ਕੋਈ ਬਣਾਵਾ ਸਪੈਸ਼ਲ ਸਪੈਸ਼ਲ ਹਾਂਜੀ ਇਹ ਤਨੌਲੇ ਤੋਂ ਆ ਜੀ ਮੁੰਡਾ ਬਿਆਨਤ ਸਿੰਘ ਉਹ ਬਣਾਉਂਦਾ ਜੀ ਉਹਨੂੰ ਡਿਜ਼ਾਈਨ ਦੱਸ ਦੇ ਦੀ ਉਹਨ ਡਿਜ਼ਾਈਨ ਦੱਸਦਾਂ ਨੇ ਵੀ ਇਦਾਂ ਬਣਾਉਣਾ ਪਹਿਲਾਂ ਉਹ ਆਲ ਨੇ ਤਿਆਰ ਕਰਦਾ ਸੀ ਜੋ ਹਾਲ ਕਾਫੀ ਖੁੱਲੇ ਰੱਖਦਾ ਹੁੰਦਾ ਸੀ ਉਹਦੇ ਵਿੱਚ ਆਉਂਦੇ ਨਹੀਂ ਸੀ ਪੰਛੀ ਹੂੰ ਤੇ ਇਹ ਅੱਡੋ ਅੱਡ ਪੰਛੀਆਂ ਦਾ ਹੁੰਦਾ ਨਾ ਜੀ ਵੀ ਇਹ ਚੁਗਲ ਲਈ ਆ ਜਾਨੀ ਜਿਵੇਂ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋਣੇ ਤੁਹਾਡੀ ਭਾਸ਼ਾ ਚ ਹੂੰ ਤੇ ਚੁਗਲ ਕਹਿੰਦੇ ਨੇ ਅਸੀਂ ਕੋਚਰ ਕਹਿੰਦੇ ਨੇ ਕੋਚਰੀ ਕਹਿੰਦੇ ਨੇ ਹਨਾ ਹੂੰ ਹੂੰ ਤੇ ਉੱਲੂ ਹੋ ਗਏ ਉਹਨਾਂ ਦਾ ਅੱਡਾ ਗਟਾਰਾਂ ਦਾ ਅੱਡਾ ਤੋਤੇਆਂ ਦਾ ਅੱਡਾ ਨੀਲਕੰਠ ਦਾ ਅੱਡਾ ਧਾਨ ਚਿੜੀ ਦਾ ਅੱਡਾ ਜੀ ਇਹ ਕੋ ਚੁੰਝ ਜਿਹੜਾ ਹੋਇਆ ਤਾਂ ਉਹਨੂੰ ਮੈਂ ਤਰਖਾਨ ਕਹਾ ਕਟਫੋੜਾ ਜੀ ਹਾਂਜੀ ਲੱਕੜੀ ਨੂੰ ਮਾਰ ਮਾਰ ਕੇ ਟੱਕ ਟੱਕ ਉਹ ਕਟਫੋੜਾ ਜੀ ਉਹ ਯਾਰ ਕਮਾਲ ਹੈ ਮੈਂ ਤਰਖਾਨ ਕਹਾ ਉਹਨੂੰ ਹਾਂਜੀ ਮੈਂ ਪਹਿਲਾਂ ਕਿਹਾ ਜੀ ਤਰਖਾਨ ਵੀ ਕਹਿੰਦੇ ਆ ਤੇ ਉਹ ਕਿੰਨਾ ਕਮਾਲ ਦਾ ਪੰਛੀ ਉਹ ਦਿਖਦਾ ਹੀ ਨਹੀਂ ਕਿਤੇ ਬਹੁਤ ਘੱਟ ਹੈ ਇੱਥੇ ਕਟਫੋੜਾ ਜੀ ਹੋਰ ਦੇਖੋ ਮੈਂ ਭਾਈ ਇੱਕ ਦਿਨ ਕੀ ਹੋਇਆ ਜੇ ਇੱਕ ਬਸੰਤਾ ਵੀ ਹੁੰਦਾ ਜੀ ਬਸੰਤਾ ਕਿਹੜਾ ਬਸੰਤਾ ਗ੍ਰੀਨ ਹੁੰਦਾ ਅੱਛਾ ਵੱਡਾ ਬਸੰਤਾ ਛੋਟਾ ਬਸੰਤਾ ਉਹ ਵੀ ਇਦਾਂ ਹੀ ਜਿਹੜਾ ਉਹ ਕਰਦਾ ਵੀ ਖੁੱਡ ਪੜਦਾ ਉਹ ਵੀ ਇਹ ਨਾ ਜੀ ਹੋਰ ਪੰਛੀ ਇਹਨਾਂ ਨੂੰ ਬੜਾ ਫਾਇਦਾ ਹੁੰਦਾ ਜਿਵੇਂ ਹੁਣ ਤੋਤੇ ਆ ਇਹਨਾਂ ਨੇ ਖੁੱਡ ਪੱਟੀ ਜੀ ਬੱਚੇ ਕੱਢੇ ਚੱਲ ਗਏ ਤੋਤਿਆਂ ਨੇ ਇਹਨੂੰ ਅੱਛਾ ਤੋਤੇ ਆ ਜਣਾ ਹਾਂਜੀ ਹਾਂਜੀ ਮਤਲਬ ਇੱਕ ਦੂਏ ਦਾ ਸਹਾਰਾ ਸਾਰਾ ਕੁਝ ਸਾਰਾ ਜੀ ਕੁਦਰਤ ਦਾ ਬਹੁਤ ਬਲਵਾਨ ਆ ਜੀ ਕੁਦਰਤ ਤੇਰਾ ਅੰਤ ਨਾ ਜਾਏ ਲਖਿਆ ਹਾਂਜੀ ਜੀ ਹਾਂ ਜੀ ਸਹੀ ਗੱਲ ਹੈ। ਉਹੀ ਗੱਲ ਹੈ ਇਹ ਵੀ ਕਿੰਨੇ ਕਿੱਥੇ ਕਿੱਥੇ ਬਣਾਉ ਜਦੋਂ ਇਹਨੂੰ ਦਰਾਸਤੀ ਨਹੀਂ ਮਿਲੂ ਫਿਰ ਇਹ ਖੋਡਾਂ ਵੀ ਕਿੱਥੇ ਬਣਾਊਗਾ ਤੇ ਤੋਤੇ ਵੀ ਫਿਰ ਕਿੱਥੇ ਰਹਿਣਗੇ। ਉਹ ਯਾਰ ਟਟੇਰੀਆਂ ਪਹਿਲਾਂ ਜਦ ਆਪਾਂ ਬਹਾਜੀ ਦੇ ਟਟੇਰੀਆਂ ਉਹ ਵਾਹਣ ਮਾਂਡੇ ਦਿੰਦੀਆਂ। ਹਾਂ ਹਾਂ ਹਾਂ। ਵਾਹਣ ਕਿੱਥੇ ਰਹਿਣ ਦਿੰਦੇ ਹਨ? ਕਣਕ ਵੱਡੀ ਅੱਗ ਲਾਈ ਜਦ ਤੇ ਜੀਰੀ। ਨੇ ਪਹਿਲਾਂ ਤਾਂ ਹੀ ਖੇਤੀ ਕਰ ਲੈ ਇੱਕ ਫਸਲ ਲੈ ਲੈਂਦੇ ਸੀ ਫਿਰ ਕਿੰਨਾ ਸਮਾਂ ਉਹਨੂੰ ਖਾਣੇ 99 ਜ਼ਮੀਨ ਮੈਸਾ ਚੱਲ ਰਹੀ ਆਇਆ ਕਰ 99 ਜ਼ਮੀਨ ਦਾ ਮੈਨ 99 ਉਸਮਾ ਕੱਖ ਹੋ ਜਾਣਾ ਜੀ ਮੀਂਹ ਪਈ ਜਾਣਾ ਮੈਸਾ ਚੱਲ ਰਹੀ ਆ। ਪੰਛੀ ਵੀ ਆਪਦਾ ਚੋਗਾ ਫਿਰ ਉੱਥੋਂ ਲੈਂਦੇ ਹੁੰਦੇ ਹੁਣ ਤੁਸੀਂ ਐਂ ਦੇਖੋ ਜੀ ਆਪਾਂ ਫੀਡ ਦੀ ਗੱਲ ਵੀ ਕਰੀਏ ਨਾ ਬੰਦੇ ਕਹਿੰਦੇ ਆ ਯਾਰ ਤੁਸੀਂ ਇਹਨਾਂ ਨੂੰ ਫਿਰ ਆ ਹੁਣ ਜਿਹੜੀਆਂ ਬੋਲ ਰਹੀਆਂ ਸੱਤ ਭੈਣਾ ਬੋਲ ਰਹੀਆਂ ਜੀ ਅੱਛਾ ਹਾਂਜੀ ਤੇ ਜਿਵੇਂ ਬੰਦੇ ਕਹਿੰਦੇ ਸੀ ਤੁਸੀਂ ਜਿਹਨੂੰ ਆਲਸੀ ਬਣਾਉਣਾ ਇਹਨਾਂ ਨੂੰ ਚੋਗਾ ਪਾ ਰਹੇ ਹੋ ਮੈਂ ਕਹਿੰਦਾ ਜੀ ਅਸੀਂ ਕੁਝ ਨਹੀਂ ਕਰਦੇ ਤੁਸੀਂ ਉਦਾਂ ਹੀ ਟਿੱਬੇ ਖੜੇ ਕਰ ਦੋ ਉਦਾਂ ਹੀ ਤੁਸੀਂ ਦਰਖਤ ਲਾ ਦਿਓ ਗੱਲ ਖਤਮ ਮੈਂ ਕਹਣਾ ਜੀ ਅਸੀਂ ਉਦਾਂ ਹੀ ਜਿੰਨੇ ਇਹਨਾਂ ਦੇ ਜਿਵੇਂ ਹੁਣ ਆਪਣੇ ਪੁਰਾਣੇ ਕੱਚੇ ਘਰ ਹੁੰਦੇ ਸੀ ਉਵੇਂ ਹੀ ਬਣਾ ਦੋ ਹੂੰ ਠੀਕ ਹੈ ਜੀ ਮੈਂ ਕਹਣਾ ਆਪਾਂ ਕੁਝ ਨਹੀਂ ਕਹਿੰਦੇ ਜੀ ਆਪਾਂ ਆਲਨੇ ਲਾਉਣੇ ਬੰਦ ਕਰ ਦਾਂਗੇ ਸਭ ਕੁਝ ਬੰਦ ਕਰ ਦਾਂਗੇ ਆਪਾਂ ਨੂੰ ਕੀ ਜ਼ਰੂਰਤ ਹੈ ਜੀ ਜਦੋਂ ਆਪਾਂ ਸਾਰਾ ਸਿਸਟਮ ਹੀ ਉਹ ਬਣਾਤਾ ਹੁਣ ਪਹਿਲਾਂ ਜਿਵੇਂ ਤੁਸੀਂ ਆਖਿਆ ਜੀ ਵੀ ਖੇਤ ਦੇ ਵਿੱਚ ਆਪਾਂ ਸਨਮੇ ਛੱਡਦੇ ਸੀ ਖੇਤ ਇਹ ਜਾਂ ਜੰਗਲੀ ਏਰੀਆ ਬਹੁਤ ਹੁੰਦਾ ਸੀ ਉਹਦੇ ਵਿੱਚੋਂ ਇਹ ਆਪਣੀ ਫੀਲ ਲੈ ਲੈਂਦੀਆਂ ਸੀ ਹੁਣ ਆਪਾਂ ਜੀ ਇੱਕ ਫਸਲ ਬੀਜੀ ਉਸ ਤੋਂ ਬਾਅਦ ਬਹਾਈ ਕਰਕੇ ਦੂਜੀ ਬੀਜਦੀ ਹੈ ਨਾ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਜੀ ਕੋਈ ਚੁਗਣ ਲਈ ਚੋਗ ਨਾ ਇਹਨਾਂ ਨੂੰ ਕੀੜਾ ਮਕੌੜਾ ਮਿਲਦਾ ਕਿਉਂਕਿ ਫਸਲ ਚੋਂ ਹਨਾ ਇਹਨਾਂ ਨੂੰ ਫਿਰ ਆਪਾਂ ਨੂੰ ਫੀਡ ਦੇਣੀ ਪੈਂਦੀ ਹੈ ਹੁਣ ਪਾਣੀ ਲਾ ਲਓ ਜੀ ਪਾਣੀ ਪਹਿਲਾਂ ਛਪੜਾਂ ਦੇ ਵਿੱਚੋਂ ਆਪਾਂ ਵੀ ਸਿਆਣੇ ਕਹਿੰਦੇ ਆ ਵੀ ਆਮ ਆਪਣੇ ਬਜ਼ੁਰਗ ਛਪੜਾਂ ਚ ਹੀ ਪਾਣੀ ਪੀਂਦੇ ਸੀ ਸਾਫ਼ ਹੁੰਦਾ ਸੀ ਉੱਥੇ ਵੀ ਪੰਛੀ ਪੀ ਜਾਂਦੇ ਸੀ ਹੁਣ ਪੰਛੀ ਆਪਾਂ ਆਪ ਤਾਂ ਜਿਹੜੇ ਫਿਲਟਰ ਲਾ ਲੇ ਜੀ ਪਾਣੀ ਜ਼ਹਿਰੀਲਾ ਸਾਰਾ ਰੇ ਸਪਰੇ ਸਾਰੇ ਤੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਕੈਮੀਕਲ ਵਾਲਾ ਪਾਣੀ ਕਿੰਨਾ ਸਾਬਣਾ ਆਪਣਾ ਯੂਜ਼ ਹੁੰਦਾ ਸਾਰਾ ਕੈਮੀਕਲ ਛਪੜਾਂ 'ਚ ਜਾਂਦਾ ਜੀ ਉਹ ਛਪੜਾਂ 'ਚ ਪਾਣੀ ਪੀਂਦੇ ਆ ਜੀ ਇਹ ਛੋਟੇ ਛੋਟੇ ਤਾਂ ਹੈਗੇ ਬਿਮਾਰ ਹੋ ਜਾਂਦੇ ਵਿਚਾਰੇ ਤੇ ਇਹ ਦੇ ਕਰਕੇ ਇਹਨਾਂ ਨੂੰ ਪਾਣੀ ਰੱਖਦੇ ਆ ਜੀ ਜੇ ਇਹਨਾਂ ਵਾਸਤੇ ਹੁਣ ਨਹਿਰਾਂ ਪੱਕੀਆਂ ਸੀ ਕੱਚੀਆਂ ਹੋ ਕੱਚੀਆਂ ਸੀ ਪਹਿਲਾਂ ਹੁਣ ਪੱਕੀਆਂ ਹੋ ਗਈਆਂ ਜੀ ਨਹਿਰਾਂ ਨੁਰਾਂ ਚ ਪੀ ਲਾਂਦੇ ਸੀ ਪਾਣੀ ਹੁਣ ਇਹ ਹਰ ਇੱਕ ਪਿੰਡ ਤੇ ਨਹਿਰ ਵੀ ਨਹੀਂ ਹੈਗੀ ਜੀ ਹੂੰ ਬਿਲਕੁਲ ਇਹ ਦੇ ਕਰਕੇ ਜੀ ਮੈਂ ਕਹਿਣਾ ਵੀ ਹੁਣ ਗਰਮੀ ਦਾ ਸੀਜ਼ਨ ਆ ਜੀ ਇਹ ਵਿਚਾਰੇ ਭਟਕਦੇ ਫਿਰਦੇ ਰਹਿੰਦੇ ਆ ਪਾਣੀ ਨੂੰ ਆਪਾਂ ਕਹਿੰਦੇ ਸੰਘਰਸ਼ ਭਰੀ ਜ਼ਿੰਦਗੀ ਹੈ ਜੀ ਮਨੁੱਖ ਦੀ ਵੀ ਹੈ ਹਨਾ ਹਰ ਇੱਕ ਆਪਾਂ ਤਾਂ ਇਹਨਾਂ ਦੇ ਕੰਡੇ ਤਾਂ ਆਪਾਂ ਵੀ ਜੀ ਆ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਹੁਣ ਆਪਾਂ ਇੱਕ ਬੰਦੇ ਨੂੰ ਜੀ ਮਾਰੂਥਲ ਦੇ ਵਿੱਚ ਛੱਡ ਦਈਏ। ਉਹਨੂੰ ਪਾਣੀ ਪੂਣੀ ਦੇ ਸਾਰੇ ਸੋਰਸ ਜਿਹੜੇ ਹੈਗੇ ਆ ਸਾਰੇ ਆਪਾਂ ਉਹ ਤੋਂ ਖੋਲ ਗਏ। ਇਹ ਦੂਬਾ ਕਹਦੀ ਇਹ ਸੰਘਰਸ਼ ਕਰਦਾ ਜੀ। ਸੰਘਰਸ਼ ਕੇ ਮੌਤ ਕਰ ਰਿਹਾ ਸੰਘਰਸ਼ ਕਰ ਰਿਹਾ। ਹਾਂ ਵੀ ਆਪਾਂ ਉਹਨੂੰ ਕੋਈ ਜਗ੍ਹਾ ਤਾਂ ਛੱਡੋ ਜੀ ਕੋਈ ਪੀਣ ਨੂੰ ਹੁਣ ਆਪਾਂ ਨੂੰ ਜੇ ਆਪਾਂ ਇਹਨਾਂ ਦਾ ਨੁਕਸਾਨ ਕੀਤਾ ਆਪਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਇਹਨਾਂ ਲਈ। ਮੈਂ ਇਹਨਾਂ ਇੱਕ ਬਾਤ ਸੁਣਾਈ ਸੀ ਵੀ ਪਹਿਲਾਂ ਜਦ ਹਮੇ ਛੋਟੇ ਛੋਟੇ ਦੇ ਨਾਲ ਪਿੰਡਵਾਂ ਜੀ ਪੜੇ ਕਰਦੇ ਤੇ ਕੁੱਤੇ ਬਹੁਤ ਆਏ ਕਰਦੇ ਸੰਜ ਨੂੰ ਰੋਟੀ ਖਾਣੀਆਂ ਜਾਂਦਾ ਬਾਬੇ ਬੈਠੇ ਹੋਣੇ ਕੁੱਤੇ ਨੇ ਵਿੜੇ ਮਾ ਕੇ ਬੈਠ ਜਾਣਾ ਤੇ ਬੇਬੇ ਨੇ ਕਹਣਾ ਵੀ ਇਹਨਾਂ ਨੂੰ ਭਾਈ ਦਰਬੇਸ਼ ਆਇਆ ਹੈ ਨੀ ਤੇ ਅਸੀਂ ਬਾਹਰ ਜਾ ਚਲੇ ਜਾਂਦੇ ਤੇ ਖੇਤਾਂ ਵਾਂ ਜਾਂ ਮੜੀਆਂ ਵਾਂ ਜਾਂ ਹੜਵਾਰਾਂ ਵਾਂ ਉੱਥੇ ਕੁੱਤਾ ਬਲਮ ਤਾਂ ਕੋਈ ਹੁੰਦਾ ਨਾ ਜੇ ਹੁੰਦਾ ਤਾਂ ਕੁੱਤਾ ਦੇਖ ਕੇ ਆਉਂ ਆਉਂ ਕਰਦਾ ਤਾਂ ਵੀ ਇਹਨਾਂ ਦੇ ਘਰਾਂ ਦੇ ਵਿੱਚ ਮੈਂ ਰੋਟੀ ਖਾ ਰਹੇ ਉਹ ਐ ਇਹ ਹੁਣ ਸੁਣਿਆ ਨਾ ਕਹਿੰਦੇ ਕੁੱਤੇ ਹੱਡਾ ਰੋੜੀ ਮਾਂ ਦੇ ਬੰਦੇ ਮਾਰਤੇ ਨਿਆਣੇ ਮਾਰਤੇ ਬੁੜੇ ਮਾਰਤੇ ਹੁਣ ਭਾਈ ਗੇਟ ਬੰਦ ਹੈ ਤੇ ਕੁੱਤਿਆਂ ਨੂੰ ਕੁਝ ਨਹੀਂ ਕੁੱਤਿਆਂ ਨੂੰ ਪਤਾ ਕਹਿੰਦਾ ਸਾਡੇ ਵਾਲਾ ਖਾਣਾ ਦਾ ਇਹ ਖਾ ਰਹੀ ਹੈ ਇਹ ਹੱਡਾ ਰੋੜੀ ਨਹੀਂ ਬੰਦਾ ਇਹ ਉਹ ਇਹ ਬਹੁਤ ਖਤਰਨਾਕ ਚੀਜ਼ ਪੈਦਾ ਹੋਈ ਵੀ ਹੈ ਪਹਿਲਾਂ ਕੁੱਤੇ ਸੋਚ ਹੀ ਨਹੀਂ ਸਕਦਾ ਇਹ ਵੀ ਕੁੱਤਾ ਬੰਦੇ ਨੂੰ ਮਾਰ ਦੇਗਾ ਕਿਉਂਕਿ ਕੁੱਤਿਆਂ ਕੇ ਰਿਸ਼ਤਾ ਦਾ ਵੀ ਨਾ ਇਹਦਾ ਘਰਾਂ ਜਾ ਰਹੇ ਹਮੇ ਰੋਜ਼ ਫਿਰ ਬਾਰਮਰ ਬੈਠ ਕੇ ਭੌਂਕਦੇ ਵੀ ਤੇ ਉੱਪਰਾਂ ਬੰਦਾ ਆ ਜੇ ਦਾ ਬੜਨਦੀ ਹੁੰਦੇ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਲਗਿਆ ਵੀ ਆਪਾਂ ਨੂੰ ਡਿਵੈਲਪ ਉਹ ਸਟੀਫਨ ਹਾਕਿੰਗ ਜਿਹੜੀ ਕਹਿ ਕੇ ਗਿਆ ਵੀ ਤਕਨੀਕ ਗਲੇ ਤਬਾਹ ਹੋਣਾ ਸਾਰਾ ਕੋਈ ਨਾ ਸਮੇ ਬਣਾਈ ਬੈਠੇ ਹੁਣ ਉਹ 5G ਆ ਗਿਆ ਕਹਿੰਦਾ ਟਾਵਰ ਸੋ ਬਹੁਤ ਵਧੀਆ ਬਾਤਾਂ ਹੋਈਆਂ ਹੋਰ ਕੋਈ ਚੰਗਾੜਾ ਬਾਈ ਜੀ ਕੋਈ ਤਜਰਬਾ ਬਾਕੀ ਬਈ ਇੱਕ ਕਹਿ ਦਿੰਦੇ ਨੇ ਹਨਾ ਸਾਨੂੰ ਲੋਕ ਕਹਿੰਦੇ ਨੇਗੇ ਵੀ ਯਾਰ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ ਬਈ ਇਹ ਸੇਵਾ ਸੁਭਾ ਕੁਛ ਨਹੀਂ ਹੈਗੀ ਇੱਕ ਕਰਜ ਹੈਗਾ ਉਹ ਕਰਜ ਉਤਾਰਨ ਦੀ ਕੋਸ਼ਿਸ਼ ਕਰ ਰਹੇ ਆਂਗੇ ਵੀ ਆਪਾਂ ਜਿਹੜਾ ਨੁਕਸਾਨ ਕੀਤਾ ਜੀ ਕੁਦਰਤ ਦਾ ਆਪਾਂ ਹੁਣ ਜੀ ਭਰਤਾ ਸਕਦੇ ਨਹੀਂ ਪਰ ਭਾਈਤਾ ਦੀ ਕਰ ਨਹੀਂ ਸਕਦੇ ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਆਂਗੇ ਉਹ ਲੱਗੇ ਹੋਏ ਆਗੇ ਤੇ ਹੋਰਾਂ ਨੂੰ ਨਾਲੇ ਨਾਲੇ ਜੀ ਆਪਣੇ ਗੁਰੂ ਸਾਹਿਬਾਨਾ ਨੇ ਆਪਾਂ ਨੂੰ ਕਿੰਨੀ ਸਿੱਖਿਆ ਦਿੱਤੀ ਆ ਹਨਾ ਹਰ ਇੱਕ ਜਗ੍ਹਾ ਵੀ ਕੁਦਰਤ ਦੀ ਗੱਲ ਕੀਤੀ ਉਹਨਾਂ ਨੇ ਆਪਾਂ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਨਹੀਂ ਨਹੀਂ ਬਾਤ ਪਤਾ ਕਿਆ ਹੈ ਉਹਨਾਂ ਨੇ ਤਾਂ ਆਪਣੇ ਨਿਆਣੇ ਵਾਰਗ ਦਿਖਾਏ ਮਾਨੂੰ ਹਾਂਜੀ ਹਾਂਜੀ ਹਮੇ ਜਿਹੜੇ ਇਹ ਪੰਛੀ ਵੀ ਤਾਂ ਕਿਸੇ ਦੇ ਨਿਆਣੇ ਹੀ ਹੈ ਹਾਂਜੀ ਹਮੇ ਕਿਸੇ ਹੋਰਾਂ ਦੇ ਨਿਆਣੇ ਨੂੰ ਕਰਨੇ ਖਤਮ ਬਾਈ ਸੰਦੀਪਾ ਨਾਲ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆ ਵੀਰ ਜਿਹੜੀ ਚੀਜ਼ ਮਨੁੱਖ ਦੇ ਨੇੜੇ ਆ ਗਈ ਹੈ ਨਾ ਉਹ ਇਹਨੇ ਆਪਦੇ ਵਾਂਗੂ ਦਵਾਈਆਂ ਤੇ ਲਾਤੀ ਹੂੰ ਜਿਹੜੇ ਜੰਗਲਾਂ ਦੇ ਵਿੱਚ ਮਿਰ ਪੰਛੀ ਪਸ਼ੂ ਸਾਰੇ ਰਹਿੰਦੇ ਆ ਉਹ ਕਦੇ ਬਿਮਾਰ ਹੁੰਦੇ ਨਹੀਂ ਨਾ ਉਹਨਾਂ ਨੂੰ ਗਰਮੀ ਨਾ ਰੈਣੀ ਕਰ ਰਹੇ ਆ ਫੀ ਕਰ ਰਹੇ ਆ ਹਮ ਉਦ੍ਰਤ ਹੈ ਨਾ ਤੇ ਮਨੁੱਖ ਦੇ ਜਿਹੜੀ ਜਿਹੜੀ ਚੀਜ਼ ਨੇੜੇ ਆਈ ਜਾਂਦੀ ਹੈ ਤੇ ਬਾਕੀ ਜਿੰਨਾ ਦੇਖੋ ਜਿੰਨਾ ਵੀ ਕੋਈ ਵੀ ਕਰ ਸਕਦਾ ਮੈਂ ਇਹੀ ਬੇਨਤੀ ਕਰਦਾ ਜੀ ਸਾਰਿਆਂ ਨੂੰ ਵੀ ਜਿੰਨਾ ਵੀ ਕੋਈ ਕਰ ਸਕਦਾ ਚਾਹੇ ਕੋਈ ਪਾਣੀ ਰੱਖ ਕੇ ਕੱਲਾ ਬੰਦਾ ਤਾਂ ਜੀ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਵੀ ਹਰ ਇੱਕ ਬੰਦਾ ਥੋੜੀ ਛੋਟੀ ਛੋਟੀ ਕੋਸ਼ਿਸ਼ ਕਰੇ ਵੀ ਦੋ ਦੋ ਦਰਖਤ ਆਪ ਦੇ ਜਨਮ ਦਿਨ ਤੇ ਲਾ ਦੇ ਕੋਈ ਕਿਸੇ ਦੀ ਅਨਿਵਰਸਰੀ ਆ ਗਈ ਕਿਸੇ ਦੇ ਮੰਨ ਲਓ ਬਜ਼ੁਰਗਾਂ ਦੀ ਡੈਥ ਹੁੰਦੀ ਹੈ ਜੀ ਉਹਨਾਂ ਦੇ ਨਾਮ ਤੇ ਲਾਓ ਉਹਨਾਂ ਨੂੰ ਉਹਨਾਂ ਵਿੱਚੋਂ ਦਰਖਤਾਂ ਦੇ ਵਿੱਚੋਂ ਆਪਣੇ ਆਪਣੇ ਮਿਲਣਗੇ ਠੀਕ ਹੈ ਜੀ ਹੁਣ ਬਣਦੀ ਉਮਰ ਤਾਂ 300 ਸਾਲ ਲੰਘ ਜਾਂਦੀ ਹੈ ਜੀ ਬਣ ਤਾਂ ਮਾਲਵੇਗੇ ਵਿੱਚ ਹੀ ਖਾਸ ਕਰਕੇ ਬਣ ਜਾਂ ਡਕਰੀ ਹੈ ਨਹੀਂ ਮਾਲਵੇਗੇ ਆ ਹਾਂਜੀ ਹਾਂਜੀ ਤੇ ਵੀ ਆਪਾਂ ਨੂੰ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਜੀ ਪਾਣੀ ਰੱਖ ਕੇ ਚੋਗਾ ਪਾ ਕੇ ਬੂਟੇ ਲਾ ਕੇ ਆਪਣੀਆਂ ਵੇਸਟ ਚੀਜ਼ਾਂ ਹੁੰਦੀਆਂ ਨੇ ਜੇ ਜਿਵੇਂ ਹੁਣ ਪਲਾਸਟਿਕ ਦੇ ਗੇਲਣ ਹੋ ਗਏ ਜੀ ਉਹਦੇ ਵਿੱਚ ਰੱਖੋ ਸੁੱਕੇ ਕੱਦੂ ਹੋ ਗਏ ਇਹੋ ਜਿਹਿਆਂ ਦੇ ਆਲ ਨੇ ਵੀ ਬਣ ਜਾਂਦੇ ਆ ਜੀ ਇਹਨਾਂ ਲਈ ਉਹ ਦਰਖਤਾਂ ਦੇ ਵਿੱਚ ਲਾ ਦਿਓ ਜਿਹੜੇ ਘੜੇ ਹੁੰਦੇ ਆ ਜੀ ਆਪਣੇ ਹੂੰ ਘੜਿਆਂ ਨੂੰ ਵੀ ਆਪਾਂ ਲਾ ਸਕਦੇ ਆ ਅਸੀਂ ਇੱਕ ਵੀਡੀਓ ਵੀ ਪਾਈ ਸੀਗੀ ਉਹਦੇ ਉੱਤੇ ਦੱਸਿਆ ਹੋਇਆ ਵੀ ਆਪਾਂ ਕਿਵੇਂ ਵੇਸਟ ਚੀਜ਼ਾਂ ਤੋਂ ਪੰਛੀਆਂ ਦੇ ਲਈ ਆਲ ਨੇ ਤਿਆਰ ਕਰ ਸਕਦੇ ਆਂਗੇ ਉਹ YouTube ਚੈਨਲ ਤੇ ਪਾਈ ਵੀ ਹੈਗੀ ਸੰਦੀਪ ਟੋਲਾ ਜਿਹੜਾ YouTube ਚੈਨਲ ਬਣਾਇਆ ਵੀ ਹੈਗੀ ਉਹ ਤੇ ਅਸੀਂ ਪਾ ਦਨੇ ਜੀ ਕਈ ਵਾਰ ਹੁਣ ਜੇ ਕਿਸੇ ਨੂੰ ਜਾਣਕਾਰੀ ਦੇਣੀ ਹੈ ਜੀ ਹੁਣ ਕੱਲੇ-ਕੱਲੇ ਬੰਦੇ ਨੂੰ ਆਪਾਂ ਸਮਝਾ ਨਹੀਂ ਸਕਦੇ ਜੀ ਉਹ ਕਹਿ ਦਨੇ ਆਲ ਨੇ ਬਣਾਉਣੇ ਕਿਵੇਂ ਆ ਕਿਹੜੀ ਕਿਹੜੀ ਚੀਜ਼ ਦਾ ਕਿਵੇਂ ਬਣਾਉਣਾ ਉਹ ਚੈਨਲ ਤੇ ਆ ਉਹਦਾ ਨਾਮ ਦੱਸ ਦੇ ਸੰਦੀਪ ਢੋਲਾ ਹੀ ਆ ਮੇਰਾ YouTube ਤੇ ਚੈਨਲ ਹੈ ਜੀ ਸੰਦੀਪ ਢੋਲਾ S A N D W P ਸੰਦੀਪ D H A U L A ਆਹ ਇੱਕ ਢਨੌਲਾ ਵੀ ਹੈ ਨਾ ਢਨੌਲਾ ਢੋਲਾ ਫਰਕ ਹੈ ਢਨੌਲਾ ਦਾ ਹਾਂਜੀ 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 ਕੁਝ ਗੇੜਾ ਨਾ ਰਹਿ ਗਿਆ ਇਹ ਕਹੋ ਬੇਬੇ ਵਾਲਾ ਚੇੜਾ ਤਾਂ ਸੁਣਾ ਦਿਓ ਛੋਲੇ ਵਾਲਾ ਗੱਡਾ ਜਿਹੜਾ ਹੈਗਾ ਉਹ ਸੁਣਾ ਦਿਓ ਉਹ ਤਾਂ ਸੁਣਾ ਕੇ ਬਈ ਇਦਾਂ ਸੀ ਬਈ ਲੈ ਵੀ ਚੇੜਾ ਸੁਣਾਓ ਕਿ ਇਹਜੇ ਬੰਦੇ ਵੀ ਇਹਨਾਂ ਨੇ ਦੇਖੇ ਆ ਮੈਂ ਦੱਸ ਰਿਹਾ ਤਾਂ ਇਹਨਾਂ ਨੂੰ ਪਹਿਲਾਂ ਵੀ ਗਿਆਨੀ ਗੁਰਦੇਵ ਸਿੰਘ ਨੇ ਕਿਤਾਬ ਮੇਰਾ ਪਿੰਡ ਸਾਰਿਆਂ ਨੇ ਪੜ੍ਹੀ ਹੈ ਜ਼ਰੂਰ ਪੜ੍ਹਨੀ ਚਾਹੀਦੀ ਸਮੁੰਦਰ ਹੈ ਮੈਂ ਅੱਜ ਦੁਬਾਰਾ ਪੜ੍ਹਨ ਲੱਗ ਗਿਆ ਉਹਦੇ ਵਿੱਚ ਉਹਨਾਂ ਦੀ ਭੈਣ ਦਾ ਜ਼ਿਕਰ ਆ ਰਿਹਾ ਉਹਦੇ ਬਾਬਿਆਂ ਦੀ ਜਿਹਨੇ ਮੁਗਧਰ ਚੱਕ ਕੇ ਵੰਗਾਰਿਆ ਉਹ ਬੇਬੇ ਦਾ ਸੁਣਾਓ ਸਾਡੀ ਤਾਈ ਸੀਗੀ ਤੇ ਮੈਂ ਹੁਣ ਗੱਲਾਂ ਆ ਗਈ ਨਾ ਗੱਲ ਹਾਂ ਦੇਖੀ ਥੋੜਾ ਜਿਹੀ ਉਹਨਾਂ ਨੂੰ ਗੁ ਬੀ ਜਿਹੜੇ ਅੱਜ ਕੱਲ੍ਹ ਦੀਆਂ ਕੁੜੀਆਂ ਸਾਡੀਆਂ ਵੀ ਹੈਗੀਆਂ ਨੇ ਸਾਰੇ ਸਲਿਮ-ਸਲਿਮਤੀ ਸਾਰੇ ਜੋਰ ਲੱਗੇ ਪਏ ਡਾਈਟਿੰਗ ਡਾਈਟਿੰਗ ਚਾਟ ਬਣਿਆ ਹੈ ਹਾਂਜੀ ਹਾਂ ਮਤਲਬ ਥੋੜਾ ਜਿਹਾ ਸਰੀਰ ਨੂੰ ਮੜਾ ਜਿਹਾ ਤਾਂ ਚਾਹੀਦਾ ਜਣੀ ਕਿਹਨ ਦਾ ਭਾਵ ਹਾਂਜੀ ਅੱਛਾ ਉਹ ਗੱਲ ਇਹ ਸੀਗੇ ਵੀ ਮਤਲਬ ਤਾਈ ਸਾਡੀ ਤਗੜੀ ਲੇਕਮੈਂਟ ਮੈਂ ਨਾ ਤੁਮੇ ਗੱਲ ਰੋਕਾਂ ਥੰਨੇ ਵਗਾਰੇ ਸਲਿਮ-ਸਲਿਮ ਹਾਂ ਆ ਰੱਬ ਨੇ ਮੈਨੂੰ ਇਹੋ ਜਿਹਾ ਸਲਿਮ ਬਣਾਇਆ ਮੈਨੂੰ ਕੋਈ ਕਹਿੰਦਾ ਨਾ ਬਹੁਤ ਵਧੀਆ ਪਾਜੀ ਇਦਾਂ ਰਮ ਗਿਆ ਯਾਰ ਮੇਰਾ ਜਿਗਰ ਕੰਨ ਪਰ ਮਾਰਾ ਇਸਕੇ ਯਾਰ ਮੈਂ ਕਹ ਤਰਸ ਰੇ ਮੇ ਚਰਬੀ ਦਾ ਕੋਈ ਪਾਈਆ ਮਿਲ ਜਾ ਯਾਰ ਮੂੰਹ ਪਰ ਭਾਗ ਨਹੀਂ ਕੁਛ ਨਹੀਂ ਹੈਗਾ ਆ ਦੇਖ ਸੰਦੀਪ ਕਿੰਨਾ ਐਨ ਗੋਲ ਪਿਆ ਨਾ ਆਏ ਹਾਏ ਤਰਸ ਗਿਆ ਹੈ ਜੇ ਸਰੀਰ ਨੂੰ ਥਾਰਾ ਵੀ ਵਧੀਆ ਗੋਲ ਹੈ ਉਹ ਇੰਨਾ ਕਿ ਤਾ ਹੋਵੇ ਜਮੀ ਉਹ ਐਨੇ ਕੀਆ ਯਾਰ ਕਹਿੰਦਾ ਬੰਦਰ ਵਰਗਾ ਮੂੰਹ ਯਾਰ ਬੁੱਤੀ ਤੇ ਤੇਰਾ ਬਾਜਰੇ ਥੋੜੀ ਜੀ ਗੱਲ ਮੈਂ ਵੀ ਦੱਸ ਦਿੰਦਾ ਹਾਂ ਹਾਂ ਜੀ ਸੁਣਾਓ ਸੁਣਾ ਚੰਗਾ ਲੱਗੇਗਾ ਮੈਂ ਇੱਕ ਮੇਰਾ ਇੱਥੇ ਸੀਗਾ ਯਾਰ ਦੋ ਮੇਰੇ ਹਾਣੀ ਸੀ ਮੈਂ ਉਹਨੂੰ ਉਹ ਤੁਡੇ ਦਾ ਥੋੜਾ ਜਿਆਦਾ ਜਿਆਦਾ ਲਿੱਸਾ ਹੋ ਗਏ ਥੋਡੇ ਨਾਲ ਵੀ ਅੱਛਾ ਮੇਰੇ ਤੇ ਗਿਆ ਗੁਜਰਿਆ ਹੋ ਗਿਆ ਸੀ ਪਹਿਲਾਂ ਠੀਕ ਸੀ ਉਹ ਮੈਂ ਉਹਨੂੰ ਕਹਿ ਬੈਠਾ ਉਹ ਬਾਅਦ ਚ ਗੁਜਰ ਵੀ ਗਿਆ ਏਜੰਟਾ ਹੂੰ ਆਪਣਾ ਮੈਂ ਉਹਨੂੰ ਕਿਹਾ ਮਖਾ ਯਾਰ ਏਜੰਟੇ ਕਹਿੰਦਾ ਮਖਾ ਯਾਰ ਮੈਂ ਨਾ ਮੋਟਾ ਹਾਂ ਮੈਂ ਤਾਂ ਦਵਾਈ ਲੈ ਕੇ ਹੁਣ ਜਦੋਂ ਉਹਨੇ ਇਹ ਗੱਲ ਕਿਹਾ ਪਤਲੇ ਹੋਣ ਦੀ ਉਹ ਕਹਿੰਦਾ ਨਹੀਂ ਨਹੀਂ ਦੇਖੀ ਕਿਤੇ ਨਾ ਕੰਮ ਕਰ ਤੂੰ ਤਾਂ ਠੀਕ ਹੈ ਕਹਿੰਦਾ ਮੈਂ ਕੀ ਗੱਲ ਹੋ ਗਈ ਕਹਿੰਦਾ ਮੈਂ ਦੇਖ ਲੈ ਦਵਾਈ ਲਈ ਸੀ ਕਹਿੰਦਾ ਮੈਨੂੰ ਕਹਿੰਦਾ ਵੀ ਤੇਰੇ ਗੋਡਿਆਂ ਦਾ ਵਜਨ ਤੇਰੇ ਤਾਣੀਆਂ ਦਾ ਵਜਨ ਬੜਾ ਭਾਜਨ ਘਟਾ ਦੇ ਕਹਿੰਦਾ ਬਸ ਇਹੀ ਜਿਉਂ ਲੱਗੀ ਖੁਰਨ ਕਹਿੰਦਾ ਕੱਲੇ ਹੱਡ ਰਹਿ ਗਈ ਬਾਕੀ ਸਾਰੀ ਚਰਬੀ ਕੋਰਤੀ ਅੱਛਾ ਬੇਬੇ ਵਾਲਾ ਸੁਣਾਓ ਅੱਛਾ ਬੇਬੇ اسی ਗੱਲ ਬੇਬੇ ਤੁਰਿਆ ਆ ਰਹੀ ਸੀ ਅੱਗੇ ਖੁੱਲੇ ਹੁੰਦੇ ਸੀ ਲੋਕੀ ਨਾ ਉਹ ਨਹੀਂ ਸੀ ਕਰਦੇ ਹੁੰਦੇ ਉਹ ਤਾਂ ਹਰੇਕ ਜ ਹਰੇਕ ਹੀ ਬੀਰ ਜੀ ਡਰਾਮਾ ਪਾਸ਼ਾ ਵੀਰ ਜੀ ਦਾ ਡਰਾਮਾ ਜੋਰ ਜੇਡ ਸਾਹਿਬ ਵੀਰ ਜੀ ਡਰਾਮਾ ਚੱਲ ਰਿਹਾ ਇਹ ਡਰਾਮਾ ਇਹ ਸਰ ਨਾਲ ਗੰਦਾ ਡਰਾਮਾ ਅੰਦਰ ਦੇ ਬੇਈਮਾਨ ਨੇ ਲੋਕ ਇਹੰਦਰ ਵੀਰ ਤੇ ਭੈਣ ਦੇ ਨਾਲ ਪਵਿੱਤਰ ਰਿਸ਼ਤਾ ਮੈਂ ਤਾਂ ਬਹੁਤ ਇਹਦੇ ਬਾਰੇ ਚਲੋ ਗੱਲ ਅਗਲੇ ਨੂੰ ਨਹੀਂ ਚੰਗੀ ਲੱਗਦੀ ਕਿਸੇ ਨੂੰ ਪਰ ਮੈਨੂੰ ਨਹੀਂ ਇਹ ਬੜਾ ਵਧੀਆ ਲੱਗਦੀ ਕਿਉਂਕਿ ਇਹ ਫਲਾਣੇ ਦੇ ਤਾਇਆ ਜੀ ਜਦੋਂ ਹਾਕ ਮਾਰਨੀਆਂ ਬਿਚਾਰੂ ਤੇ ਸਾਡੇ ਹੁੰਦੇ ਮੇਰੀ ਆਪ ਸੁਣੀ ਵੀ ਹੈ ਵੀ ਫਲਾਣੇ ਦੇ ਚਾਚਾ ਇਹ ਫਲਾਣੇ ਦਾ ਡੈਡੀ ਹੈਗਾ ਇੱਥੇ ਉਹਨੂੰ ਪੁੱਛ ਲੈਣਾ ਉਹਨੇ ਦੱਸਣਾ ਵੀ ਹਾਂ ਉਹਦਾ ਬਾਪੂ ਇਹ ਪਤਾ ਲੱਗ ਗਿਆ ਮੈਂ ਗਿਆ ਕਿਸੇ ਦੇ ਘਰਾਂ ਉਹ ਕਹਿੰਦੇ ਵੀਰ ਜੀ ਆ ਗਏ ਮੈਂ ਕਿਹਾ ਖਬਰਦਾਰ ਮੈਂ ਤੇਰਾ ਵੀਰ ਜੀ ਕਿਤਰਾ ਲਗਿਆ ਪਰਜਾਈ ਲੱਗਦੀ ਤੋ ਮੇਰੀ ਮੈਂ ਕਿਹਾ ਤੇਰਾ ਵੀਰ ਜੀ ਆ ਮੈਂ ਕਿਹਾ ਤੇਰਾ ਜੇਠ ਲਗਦਾ ਮੈਂ ਨਹੀਂ ਸਹੀ ਗੱਲ ਹੈ ਖਰੇ ਤਾਂ ਹੈ ਯਾਰ ਆ ਤੱਕਾ ਹੀ ਹੈ ਮੈਂ ਕਿਹਾ ਦੇਖੋ ਜੀ ਇਹ ਤਾਂ ਇੱਕ ਇੰਨਾ ਪਵਿੱਤਰ ਰਿਸ਼ਤਾ ਤੁਸੀਂ ਇੱਕ ਵੀਰ ਤੇ ਭੈਣ ਦਾ ਸਾਰਿਆਂ ਨਾਲ ਪਵਿੱਤਰ ਰਿਸ਼ਤਾ ਮੈਂ ਮੰਨਦਾ ਵੀ ਇਤੋਂ ਪਵਿੱਤਰ ਰਿਸ਼ਤਾ ਕੋਈ ਨਹੀਂ ਹੁੰਦਾ ਪਰ ਤੁਸੀਂ ਉਹਨੂੰ ਵੀ ਜਿਹੜੀ ਪਰਜਾਈ ਹੈ ਉਹ ਵੀ ਵੀਰ ਜੀ ਡੇਠ ਵੀ ਵੀਰ ਜੀ ਦੌਰ ਭੈਣ ਦੌਰ ਵੀ ਵੀਰ ਜੀ ਜਿਹੜੀ ਕੁੜਮਣੀ ਆ ਉਹ ਵੀ ਵੀਰ ਜੀ ਨਾਲੇ ਉੱਥੇ ਜਾਂਦੀ ਜਾਂਦੀ ਵੀਰ ਮੁਰੇ ਵੀਰ ਜੀ ਗਾਂ ਚਕਚੁੰਦਰ ਛੱਡ ਜੀ ਵੀ ਇੱਥੇ ਹੁਣ ਵੀਰ ਜੀ ਸਾਹਿਬ ਵੀਰ ਜੀ ਕਿੱਧਰ ਗਿਆ ਭਈ ਵੀਰ ਨੂੰ ਕੋਈ ਦੌਰ ਪਰਜਾਈਆਂ ਦਾ ਚੰਗਿਆੜੇ ਕੱਢਣੇ ਉਹ ਵੀ ਭੋਗ-ਪਾਗ ਭੋਗ-ਪਾਗੇ ਬੈਠ ਕੇ ਦੱਸੋ ਅੱਛਾ ਹੋਰ ਕੀ ਜੀ ਹੋਰ ਮਤਲਬ ਸ਼ਾਮ ਦਾ ਟਾਈਮ ਸੀ ਇੱਕ ਬੰਦਾ ਕੋਈ ਆਪਣੇ ਗੱਡੇ ਦੇ ਵਿੱਚ ਪਾ ਕੇ ਛੋਲੇ ਦਾ ਬੰਬ ਕਾਫੀ ਸਾਰੇ ਕਰਨ ਲਈ ਜਾਂਦਾ ਸੀ ਪਸ਼ੂਆਂ ਖਾਤਰ ਅੱਗੇ ਛੋਲੇ ਆਮ ਹੁੰਦੇ ਸੀ ਪਸ਼ੂਆਂ ਨੂੰ ਪਾਉਂਦੇ ਹੁਣ ਤਾਂ ਬੰਦਿਆਂ ਨੂੰ ਨਹੀਂ ਮਿਲਦੇ ਚਲੋ ਜੀ ਉਹ ਉਹਨੂੰ ਮਜ਼ਾਕ ਕਰਨ ਲੱਗਿਆ ਵੀ ਆ ਜਾ ਬਹਿ ਜਾ ਉਹ ਕਹਿੰਦੀ ਬੈਠੇ ਤਾਂ ਮੈਂ ਕੀ ਬੈਠਣਾ ਮੈਂ ਤਾਂ ਤੇਰੇ ਆ ਛੋਲੇ ਜਦ ਮੈਂ ਤਾਂ ਸੰਗ ਆਉਦੀ ਆ ਵੀ ਤੂੰ ਇਹਦੇ ਪਿੱਛੇ ਗੱਡਾ ਲੈ ਕੇ ਕੇ ਅੱਛਾ ਲੈ ਉਹ ਕਹਿੰਦਾ ਕਿ ਉਹ ਗੱਡਾ ਕਿਤੇ ਥੋੜੇ ਨੇ ਉਹ ਕਹਿੰਦੀ ਹੋਰ ਕਿੰਨੇ ਕਿਨੇ ਉਹ ਕਹਿੰਦਾ ਐਵੇਂ ਹੀ ਲੱਗਦਾ ਤੈਨੂੰ ਭਾਰੇ ਬਹੁਤ ਹੁੰਦੇ ਨੇ ਕਹਿੰਦੀ ਦੇਖ ਲੈਣਾ ਭਾਰ ਕਿੰਨਾ ਹੈ ਕਹਿੰਦਾ ਚੱਕ ਲਈ ਕਹਿੰਦੀ ਹਾਂ ਲੈ ਇਹ ਬੜੀ ਗੱਲ ਹੈ ਉਹਨੇ ਵੀ ਮੈਂ ਕਹਿੰਦਾ ਲੈ ਦੇਖ ਲੈ ਵੀ ਦੇਖ ਲੈ ਕਿਵੇਂ ਕਰੂ ਉਹਨੇ ਇਹ ਗੱਡੇ ਦੇ ਵਿੱਚ ਜਿੰਨੇ ਛੋਲੇ ਸੀ ਸਾਰੇ ਪਾਏ ਵੱਡੇ ਸਾਰੇ ਦੋੜਾ ਜੋੜਿਆ ਤੇ ਦੋ ਇੱਕ ਬੰਦਾ ਹੋਰ ਸੀ ਉਹ ਸੀ ਕਹਿੰਦੇ ਲੈ ਧਰਾ ਦਿਓ ਸਿਰ ਤੇ ਸਿਰ ਤੇ ਧਰਾਏ ਜੀ ਗੱਡਾ ਛੋਲੇ ਨਾਲ ਮੋਈਂ ਕਰ ਲਿਆ ਕੇ ਸਟੜਿਆ ਇਹ ਥਾਨੇ ਦੇਖੀ ਮਤਲੇ ਇਹ ਸੱਚੀ ਗੱਲ ਐ ਸੱਚੀ ਗੱਲ ਐ ਬਣਾਈ ਵੀ ਨਹੀਂ 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 ਬਣਾਈ ਸੱਚੀ ਗੱਲ ਐ ਇਹ ਪਿੰਡ ਦੀ ਵੀ ਇੰਨੀ ਤਗੜੀਆਂ ਇੰਨਾ ਸੱਤ ਦਾ ਸਰੀਰਾਂ ਦੇ ਵਿੱਚ ਐਡੀ ਤੱਕੜੀ ਬੁੜੀ ਵੀ 6 6.5 ਫੁੱਟ ਦੀ ਤਗੜੀ ਸੀ ਮਰੇ ਮਤਲਬ ਵੱਡੀ ਉਮਰ ਦੀ ਵੀ ਐਡੀ ਲੱਗਦੀ ਸੀ ਐਡੀ ਵੱਡੀ ਸੀ ਤਿਆਂ ਤੱਕਲੀ ਪੂਰੀ ਵਧੀਆ ਠੀਕ ਉੱਪਰੇ ਸੀ ਹੈ 6 ਫੁੱਟ ਤੋਂ ਉੱਪਰ ਕਰ 6 ਫੁੱਟ ਤੋਂ ਉੱਪਰ ਕੱਦ ਸੀ ਇਹਦੀ ਆਪਣੇ ਸਾਡੇ ਗਵਾਂਢ ਚ ਸੀ ਨਾ ਸਾਨੂੰ ਤਾਂ ਦੇਖਦੇ ਰਹੇ ਨੇ ਵੀ ਇਹ ਜੇ ਮਤਲਬ ਸੀਗੇ ਅੱਗੇ ਟਾਈਮ ਅੱਗੇ ਖਾਣਾ ਪੀਣਾ ਵੀ ਭਾਈ ਵਧੀਆ ਸੀਗਾ ਤੇ ਜੱਤ ਸੱਤ ਬਹੁਤ ਆ ਬੰਦੇ ਕਿਉਂਕਿ ਜਿਹੜਾ ਖਾਰੇ ਤੇ ਉਹ ਵੀ ਪੂਰਾ ਨਿਰਾਓਤਾ ਨਾ ਦਵਾਈ ਤੇ ਅੱਛਾ ਭਾਈ ਜੀ ਜਿਹੜੇ ਆਪਾਂ ਬਾਹਰ ਵੀ ਥਰੇ ਕੋ ਯਾਰ ਮਿੱਤਰ ਹੋਣੇ ਜਾਂ ਇੱਧਰ ਕੋਈ ਹੋਰ ਜਿਹੜੇ ਥਰੀ ਗੱਲ ਜੁੜੇ ਹੋਏ ਆ ਕੋਈ ਸਹਾਇਤਾ ਕਰਾਂ ਇਸ ਕੰਮ ਆ ਉਹ ਕੋਈ ਸੱਜਣ ਜਿਹੜੇ ਆਪਾਂ ਨੂੰ ਜਿਵੇਂ ਆਪਣੇ ਭਾਜੀ ਨੇ ਗੁਰਵਿੰਦਰ ਗੈਰੀ ਜੀ ਤੇ ਮਨਮੋਨ ਭਾਜੀ ਉਹ ਕਿਥੇ ਰਹਿੰਦੇ ਉਹ ਕੈਨੇਡਾ ਰਹਿੰਦੇ ਬ੍ਰੈਂਪਟਨ ਦੇ ਠੀਕ ਹੈ ਉਹ ਅੱਛਾ ਤੁਹਾਨੂੰ ਉਹ ਆਪਾਂ ਹਾਂਜੀ ਹਾਂਜੀ ਆਪਣੇ ਜੁੜੇ ਹੋਏ ਆ ਤੇ ਗੁਲਵਿੰਦਰ ਭਾਜੀ ਆ ਤੇ ਨਾਲ ਸਾਡੇ ਪਿੰਡ ਦੀ ਹੈ ਬਾਈ ਚਮਕੌਰ ਹਾਂਗਕਾਂਗ ਉਹ ਵੀ ਆਪਣੀ سپورਟ ਕਰਦੇ ਰਹਿੰਦੇ ਆ ਜੀ ਸਮਝ ਗਏ ਤੇ ਬਾਈ ਸਰਬਜੀਤ ਸਿੰਘ ਆ ਜੀ ਠੀਕ ਹੈ ਉਹ ਵੀ ਕੈਨੇਡਾ ਰਹਿੰਦੇ ਆ ਉਹ ਵੀ ਸਾਨੂੰ ਸਪੈਰੋਡੇ ਦੇ ਉੱਪਰ ਉਹਨਾਂ ਨੇ ਵੀ ਹਾਲ ਨੇ ਭੇਜੇ ਸੀ ਜੀ ਸਾਨੂੰ ਬਣਵਾਏ ਆ ਲੈਣੇ ਹਾਂ ਜੀ ਹਾਂਜੀ ਹਾਂਜੀ ਇਹ ਕੀ ਕਰਦੇ ਆ ਜੀ ਆਪਣੇ ਮਿਸਤਰੀ ਨੂੰ ਪੇਮੈਂਟ ਕਰ ਦੰਦੇ ਆ ਅੱਛਾ ਵਾਹ ਜੀ ਮਿਸਤਰੀ ਤੋਂ ਅਸੀਂ ਹਾਲ ਨੇ ਲਿਆਉਣੇ ਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਦਿਲੋਂ ਸਤਿਕਾਰ ਕਰਦੇ ਆ ਜੀ ਵੀ ਇਹਨਾਂ ਦੇ ਕਰਕੇ ਲਹਿਰ ਚੱਲਦੀ ਆ ਜਿਵੇਂ ਹੁਣ ਇਸ ਵਾਰ ਸਪੈਰੋਡੇ ਤੇ 500 ਨੈਸਟ ਬਾਕਸ ਲਾਇਆ ਸੀ ਤੇ ਬਾਈ ਦੀਪ ਸਿੱਧੂ ਦੀ ਯਾਦ ਵਿੱਚ ਲਾਇਆ ਸੀ ਸਾਰਾ ਜੀ ਹੁਣ ਸਾਡਾ 8900 ਨੈਸਟ ਬਾਕਸ ਹੋ ਗਿਆ ਜੀ ਆ ਫਰਵਰੀ ਮਾਰਚ ਦਾ ਜੀ ਹਾਂਜੀ ਹਾਂਜੀ ਫਰਵਰੀ ਮਾਰਚ ਦੇ ਵਿੱਚ ਜੀ 2 ਮਹੀਨਿਆਂ ਦੇ ਵਿੱਚ 800 ਪਲੱਸ ਲਾਤਾ ਜੀ ਤੇ ਇਹ ਸਾਰੇ ਇਨਾਂ ਵੀਰਾਂ ਦੇ ਕਰਕੇ ਆ ਜੀ ਠੀਕ ਹੈ ਸੁਣਾਓ ਜੇ ਕੋਈ ਚੰਗਾੜਾ ਰਹੇਗਾ ਮਿਹਰਬਾਨੀ ਬਸ ਜੀ ਇਹੀ ਸੀ ਆਪਾਂ ਦਾ ਇਹੀ ਆਪਣਾ ਕਨਸੈਪਟ ਸੀ ਵੀ ਤੁਸੀਂ ਐਂ ਜੀ ਤਾਂ ਨਹੀਂ ਬਣਾਈ ਕੋਈ ਬਸ ਜੀ ਅਸੀਂ ਇਕੱਠੇ ਜੇ ਆਂ ਜੀ ਸਾਰੇ ਬਸ ਐਂ ਚੱਲੀ ਜਾਂਦਾ ਸਾਡਾ ਸਹੀ ਹੈ ਹਾਂਜੀ ਸੋ ਲੈ ਵੀ ਬਹੁਤ ਵਧੀਆ ਜਿੰਨਿਆਂ ਨੇ ਮਨ ਸੁਣਿਆ ਧੌਲੇ ਤੇਰੇ ਕਿਹੜੇ ਬਾਬਾ ਜੀ ਉਰੇ ਜਿਹੜੇ ਕੀ ਉਹ ਆਪਾਂ ਬੈਠੇ ਬਾਬਾ ਬੁੱਧਦਾਸ ਜੀ ਬਾਬਾ ਬੁੱਧਦਾਸ ਜੀ ਨਾਲ ਕਿ ਡੇਰੇ ਮਨ ਦੀ ਯਾਦ ਕੇ ਵਿੱਚ ਬਣੇ ਹੋਏ ਬੈਠੇ ਹਾਂਵੇਂ ਬੜਾ ਆਨੰਦ ਆਇਆ ਸੋ ਜਿਤਨਾ ਬਾਈ ਉਹਨਾਂ ਨੇ ਸਾਰਿਆਂ ਨੇ ਬਾਤਾਂ ਸੁਣਾਈਆਂ ਬੇ ਇੱਲਾ ਨਹੀਂ ਰਹੀਆਂ ਕੱਲ ਹੋਰ ਬੜਾ ਕੁਝ ਨਹੀਂ ਰਹਿਣਾ ਤੇ ਇੱਕ ਦਿਨ ਇਹੋ ਜਿਹਾ ਵੀ ਆਏਗਾ ਵੀ ਆਪਾਂ ਵੀ ਨਹੀਂ ਰਹਿਣੇ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਦੌੜ ਕੇ ਵੀ ਚਲੇ ਹੋਏ ਆ ਸੋ ਬਹੁਤੇ ਜਿਹੜਾ ਹੈਗਾ ਹਾਈਲੀ ਇੰਟੈਲੈਕਚੁਅਲ ਬਣਨੇ ਦੀ ਲੋੜ ਨਹੀਂ ਮਨ ਲਗਾ ਬੰਦਾ ਜਦ ਕਾ ਨਾ ਬੰਦਾ ਖੈਰ ਮੇਰੇ ਵਿਚਾਰ ਸਹਿਮਤ ਨਾ ਹੋ ਸਵੇਂ ਸਹਿਮਤ ਵੀ ਨਹੀਂ ਹੋ ਸਕਦੇ ਵੀ ਜਦ ਕਾ ਬੰਦਾ ਨਾ ਪੜ ਲਿ ਗਿਆ ਜਦ ਕਾ ਸਿਆਣੇ ਵੀ ਕਹੇ ਕਰਦੇ ਕਹਿੰਦਾ ਪੜ ਲਿਖੇ ਬੰਦੇ ਬੇਸ਼ਰਮ ਹੁੰਦੇ ਆ ਵੀ ਆਪਾਂ ਨਾ ਧਰਤੀ ਤੇ ਮਤਲਬ ਇਸ ਰਹਿਮ ਓਖ ਗਿਆ ਆਪਣੇ ਅੰਦਰ ਤੇ ਜੀ ਸਹੀ ਗੱਲ ਇੱਕ ਜਿਹੜੀ ਤੇ ਮੈਂ ਬਾਤ ਕਰ ਰਿਹਾ ਤੇ ਵੀਰ ਜੀ ਵਾਲੀ ਹਾਂਜੀ ਉਹ ਸਿਆਣੇ ਵੀ ਕਹੇ ਕਰਦੇ ਕਹਿੰਦਾ ਪੜੇ ਲਿਖੇ ਬੰਦੇ ਬੇਸ਼ਰਮ ਹੁੰਦੇ ਆ ਹਾਂ ਇਹ ਗੱਲ ਵਿੱਚ ਮੈਨੂੰ ਦਮ ਲੱਗਦਾ ਜਿਹੜੇ ਰਿਸ਼ਤਿਆਂ ਦੇ ਵਿੱਚ ਘਮਾੜ ਕਰ ਕਰ ਕੇ ਉਹਨਾਂ ਰਿਸ਼ਤਿਆਂ ਦਾ ਮੱਕੂ ਠੱਪ ਤਿਆ। ਸੁਖੈਰ ਜੀ ਮਾਨੂੰ ਦਿਓ ਇਜਾਜ਼ਤ ਬਾਈ ਨਾਲ ਘਰਾਂ ਰੋਟੀਆਂ ਵੀ ਪਾੜਨੀਆਂ ਮਾਨਾ। ਬਾਦਾਮ ਇਹਨਾਂ ਰੱਖੇ ਤੇ ਦਾਖਾਂ ਤੇ ਮੈਂ ਕਿਹਾ ਵੀ ਘਰਾਂ ਤਾਂ ਆਪਣੇ ਹੁੰਦੇ ਨਹੀਂ ਹੈਗੇ। ਜਿਹੜੀ ਚੀਜ਼ ਉਹ ਦੂਜੇ ਘਰਾਂ ਖਾ ਜਾ ਕੇ ਖਾਓ ਜਿਹੜੀ ਆਪਣੇ ਘਰਾਂ ਨਹੀਂ ਹੁੰਦੀ। ਸਾਰੇ ਮਾਂਜਕਾਏ। ਮੈਂ ਇੱਕ ਵਾਰ ਕਿਸੇ ਘਰਾਂ ਚ ਲਹਿ ਗਿਆ ਚੰਡੀਗੜ੍ਹ ਉੱਥੇ ਇਹ ਜਿਹਾ ਹੀ ਰਹਾ ਨਾ ਚੰਡੀਗੜ੍ਹ ਤਾਂ। ਬਸ ਸਮਝੋ ਵੀ ਥਵੇਂ ਭੋਕਾ ਕਾੜ ਦੇਖ ਲਿਆ ਬੰਦੇ ਦਾ ਮੂੰਹ ਦੇਖ ਲਿਆ। ਕਿਸੇ ਘਰਾਂ ਚ ਲਹਿ ਗਿਆ ਮੈਂ। ਉੱਥੇ ਵੀ ਕਹਿੰਦੇ ਬਿਸਕੁਟ ਖਾਓ। ਮੈਂ ਕਹਿੰਦਾ ਕੋਈ ਬਾਤ ਨਹੀਂ ਮੈਂ ਆਪੇ ਖਾ ਲਿਆ ਮੈਂ ਤਾਂ ਸਿਰੇ ਦਾ ਬਿਸ਼ਰਮ ਐ ਮੈਂ ਤਾਂ ਜੀਜੀ ਕਰਾ ਮੈਂ ਕਹਿ ਕੇ ਖਾਵਾਂਗਾ ਨਹੀਂ ਨਹੀਂ ਇੱਕ ਤੇ ਖਾਓ ਨਾ ਮੈਂ ਕਿਹਾ ਇਹ ਫਟਦੀ ਨਹੀਂ ਐ ਮੈਂ ਬਿਸਕੁਟ ਚੱਕ ਕੇ ਖਾਇਆ ਪਤਾ ਨਹੀਂ ਕਿੱਥੇ ਤੇ ਪਈਓ ਬਿਸਕੁਟ ਲੈ ਇਹਦੇ ਬਹੁਤ ਹੀ ਸਵਾਦ ਤੇ ਮੈਂ ਤਾਂ ਫਿਰ ਮੰਜਾ ਫੇਰਿਆ ਕੋਈ ਛੱਟੇ ਹੀ ਨਹੀਂ ਉਹ ਜਨਾਨੀ ਫੇਰ ਦੇਖਿਆ ਉਹ ਵੀ ਮੂਰਖਾ ਦੋ ਤੈਂ ਖਾਣੇ ਦੋ ਪਰਸੋਂ ਨੂੰ ਪਰਾਉਣੇ ਨੇ ਦੋ ਅਗਲੇ ਤਾਂ ਹਫਤਾ ਚੱਲਣੇ ਨੇ ਬੰਦਾ ਕਿਹਾ ਇੱਕੋ ਹੀ ਇਹ ਆਪਣਾ ਨਹੀਂ ਹੈਗਾ ਇਹ じゃ ਸੋ ਵੀ ਨਾ ਚੰਗਿਆੜਾਂਗੇ ਵਿੱਚ ਮਾਨੂੰ ਦਿਓ ਇਜਾਜ਼ਤ ਜਿਉਂਦੇ ਰਹੋ ਰੱਬ ਰਾਖਾ ਸਾਰਿਆਂ ਨੂੰ ਸਸਕਾਰ ਸਸਕਾਰ